ਆਸਨ ਸੋਏ। ਦੋਹਰਾ ਵਿਧੀ ਚੰਦ ਸੋ ਗੁਰ ਕਯੋ, ਲਿਓ ਸੰਗ ਅਸਵਾਰ, ਪਰੋ ਪਰੋ ਪਰਤੇ ਆਵੇ, ਲੀਜੈ ਤੁਰਕ ਸੰਘਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਮਣੇ ਆਇਆ
ਜਦੋਂ ਇਹਦਾ ਮਾਮਾ ਇਹਨੂੰ ਛੱਡ ਗਿਆ ਸੀ, ਇਹਦੀ ਕੋਈ ਖੁਰਾਕ ਨਹੀਂ ਕੋਈ ਦੇ ਸਕਦਾ, ਇਹਦੇ ਮਾਂ ਪਿਓ ਮਰ ਗਏ, ਗੁਰੂ ਪਾਤਸ਼ਾਹ ਜੀ ਨੇ ਆਪ ਗਰਾਹੀਆਂ ਦੇ ਕੇ ਇਸ ਨੂੰ ਪਾਲਣਾ ਕੀਤਾ ਅਤੇ ਅੱਜ ਹੱਥੋਂ ਮਾਰਨਾ ਪੈ ਰਿਹਾ। ਇਸ ਤਰ੍ਹਾਂ ਪੈਂਦੇ ਦਾ ਸੰਘਾਰ ਕੀਤਾ, ਬਹਿਸ਼ਤ ਨੂੰ ਭੇਜਿਆ। ਉੱਧਰ ਇਹਦਾ ਜਵਾਈ ਜਿਹੜਾ ਉਹ ਸਤਿਗੁਰਾਂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਸਾਹਮਣੇ ਹੋਇਆ ਅਤੇ ਉਹਨਾਂ ਦੇ ਹੱਥੋਂ ਮਾਰਿਆ ਜਾਂਦਾ। ਬਾਬਾ ਗੁਰਦਿੱਤਾ ਜੀ ਬਹੁਤ ਵੈਰਾਗ ਦੇ ਵਿੱਚ ਆ ਜਾਂਦੇ ਕਿ ਅਸੀਂ ਇਕੱਠੇ ਖੇਡਦੇ, ਸ਼ਿਕਾਰ ਖੇਡਣ ਜਾਂਦੇ ਅਤੇ ਆ ਜੰਗਾਂ ਯੁੱਧਾਂ ਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ, ਮਿੱਤਰ ਦੇ ਹੱਥੋਂ ਮਿੱਤਰ ਹੀ ਮਾਰਿਆ ਗਿਆ। ਸਤਿਗੁਰਾਂ ਜੀ ਨੂੰ ਸੁਨੇਹਾ ਮਿਲਿਆ, ਸਤਿਗੁਰਾਂ ਜੀ ਨੇ ਭਾਈ ਵਿਧੀ ਚੰਦ ਨੂੰ ਭੇਜਿਆ ਵੀ ਉਹਨੂੰ ਸਮਝਾ, ਇੱਥੇ ਰੋਣ ਦਾ ਕੋਈ ਕੰਮ ਨਹੀਂ ਹੈ, ਤੂੰ ਨਹੀਂ ਮਾਰੇਗਾ ਕੋਈ ਤੈਨੂੰ ਮਾਰ ਜਾਵੇਗਾ, ਨਹੀਂ ਲੜਨਾ ਤਾਂ ਘਰੇ ਜਾਓ। ਬਾਬਾ ਗੁਰਦਿੱਤਾ ਜੀ ਨੂੰ ਘਰੇ ਪਹੁੰਚਾ ਦਿੱਤਾ ਗਿਆ। ਇਸ ਤਰ੍ਹਾਂ ਇਹ ਸਤਿਗੁਰਾਂ ਜੀ ਦਾ ਜੰਗ ਜਾਰੀ ਹੈ। ਇੱਥੋਂ ਕਥਾ ਦੀ ਰੰਭਤਾ ਹੁੰਦੀ ਹੈ ਔਰ ਅਸਨਾ ਅਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਧੀ ਚੰਦ ਸੋਂ ਗੁਰ ਕਹਿਓ, ਲਿਓ ਸੰਗ ਅਸਵਾਰ। ਹੁਣ ਸਾਹਮਣੇ ਸਤਿਗੁਰਾਂ ਜੀ ਨੇ ਵੇਖਿਆ ਭਾਈ ਵਿਧੀ ਚੰਦ ਨੂੰ ਕਹਿਣ ਲੱਗੇ ਵੀ ਤੁਸੀਂ ਆਪਣਾ ਜਿਹੜਾ ਜਥਾ ਹੈ ਉਹ ਨਾਲ ਲੈਣਾ ਕਰੋ। ਪਰੋ ਪਰੋ ਪਰਤੇ ਅਬੇ ਲੀਜੇ ਤੁਰਤ ਸੰਘਾਰ। ਕਹਿੰਦੇ ਵੀ ਹੁਣ ਥੋੜ੍ਹਾ ਉੱਪਰ ਵੱਧ ਕੇ ਜਾਣਾ ਪੈਣਾ, ਇਹ ਬਰਾਬਰ ਤੋਂ ਹੱਲਾ ਕਰੋ, ਇਹਨਾਂ ਤੁਰਕਾਂ ਦਾ ਸੰਘਾਰ ਕਰੋ, ਨਾਸ ਕਰਨਾ ਕਰੋ। ਰਸਾਵਲ ਛੰਦ ਕਰੇ ਸਾਵਧਾਨਾ ਸਭੇ ਮੇਲ ਠਾਨਾ। ਭਾਈ ਵਿਧੀ ਚੰਦ ਨੇ ਸਾਰੇ ਆਪਣੇ ਜਥੇ ਨੂੰ ਸਾਵਧਾਨ ਕਰਨਾ ਕੀਤਾ, ਘੋੜੇ ਅੱਗੇ ਤੋਰੇ ਹਨ। ਕਿਤੇ ਮਹਾ ਆਏ ਮਹਾ ਸ਼ੋਰ ਪਾਏ, ਕਿਤਨੇ ਨੂੰ ਸਾਹਮਣੇ ਤੋਂ ਸ਼ੋਰ ਮਚਾਉਂਦੇ ਹੋਏ ਤੁਰਕ ਵੀ ਆ ਜਾਂਦੇ ਹਨ। ਤੁਫੰਗਾਂ ਛੋਰੀ ਚਲੀ ਬ੍ਰਿੰਦ ਗੋਰੀ, ਬੰਦੂਕਾਂ ਚਲਾਈਆਂ ਨੇ ਗੋਲੀਆਂ ਚਲਦੀਆਂ ਨੇ ਅਣਗਿਣਤ। ਬਡੋ ਹੇਲ ਕਾਲਾ ਪਮੇ ਪੁੰਜ ਜਵਾਲਾ, ਤਕੜਾ ਹੱਲਾ ਕਰਨਾ ਕੀਤਾ, ਬੰਦੂਕਾਂ ਮਾਨੋ ਅੱਗ ਅੱਗ ਉਗਲਦੀਆਂ ਹਨ। ਮਨ ਮੇਘ ਆਉਣਾ ਉਡਾਇਓ ਸੁਪੋਨਾ, ਕਿਤੇ ਹਵਾ ਨੇ ਬੱਦਲ ਉਡਾ ਕੇ ਅੱਗੇ ਲਿਆਂਦੇ ਨੇ। ਬਰੂਦੰ ਪ੍ਰਕਾਸ਼ੇ ਛਟਾ ਜੈਸ ਪਾਸੇ, ਬਰੂਦ ਪ੍ਰਕਾਸ਼ ਦੇ ਸੜਦੇ ਮਾਨੋ ਬਿਜਲੀਆਂ ਲਿਸ਼ਕਦੀਆਂ ਹਨ। ਕੜੰਕਾਰ ਉਠੇ ਮਾਨੋ ਜੋਰ ਉੱਠੇ, ਕੜਕੜ ਦੀ ਜਿਹੜੀ ਆਵਾਜ਼ ਹੈ ਮਾਨੋ ਗੜੇ ਪੈ
ਕੋਠੇ ਪਾਰੇ ਭੂਮ ਲੁੱਠੇ। ਅੱਗੇ ਜਿਹੜੇ ਸੂਰਮੇ ਨੇ ਉਹ ਮਾਨੋ ਜਿਮੀਦਾਰ ਦੀ ਖੇਤੀ ਹੈ, ਜਿਵੇਂ ਗੜੇ ਪੈਣ ਦੇ ਨਾਲ ਖੇਤੀ ਵਿੱਚ ਜਾਂਦੀ ਧਰਤੀ ਤੇ, ਇਸ ਤਰ੍ਹਾਂ ਸੂਰਮੇ ਡਿੱਗਦੇ ਨੇ ਘੋੜਿਆਂ ਤੋਂ ਥੱਲੇ। ਪਰੀ ਮਾਰ ਗੋਰੀ ਕਸੋ ਪੁੰਜ ਛੋਰੀ, ਮਾਰ ਮਾਰੀ ਗੋਲੀਆਂ ਦੀ, ਫਿਰ ਦੁਬਾਰੇ ਗੋਲੀਆਂ ਪਾ ਕੇ ਕਸਣਾ ਕੀਤਾ ਮਦੁਕਾ ਨੂੰ। ਤਵਾਏ ਤੋ ਰੰਗੰ ਚਲਾਵੇ ਤੋ ਫੰਗੰ, ਘੋੜਿਆਂ ਨੂੰ ਦੌੜਾਉਂਦੇ ਹਨ ਨੇੜੇ ਕਰਕੇ, ਫਿਰ ਚਲਾਉਂਦੇ ਨੇ ਬੰਦੂਕਾਂ। ਪਇਓ ਸੂਰ ਮੇਲਾ ਮਨੋ ਫਾਗ ਖੇਲਾ, ਦੋਵੇਂ ਪਾਸੇ ਤੋਂ ਸੂਰਮੇ ਆਹਮਣੇ ਸਾਹਮਣੇ ਹੋਏ ਨੇ, ਮਾਨੋ ਕਿਤੇ ਬੱਚੇ ਹੋਲੀਆਂ ਖੇਡਦੇ ਹੋਣ। ਪਤੰਗੀ ਸੋਰੰਗਾ ਪਏ ਸ਼੍ਰੋਣ ਸੰਗਾ, ਜਦੋਂ ਗੋਲੀਆਂ ਲੱਗਦੀਆਂ ਨੇ ਸਰੀਰ ਦੇ ਵਿੱਚੋਂ ਖੂਨ ਨਿਕਲਦਾ, ਕੱਪੜੇ ਲਾਲ ਰੰਗ ਦੇ ਹੋ ਜਾਂਦੇ ਹਨ। ਪਰ ਇੱਕ ਬਾਰੀ ਬੰਕੇ ਮਾਰ ਮਾਰੀ, ਬੰਕੇ ਜੁਝਾਰੂ ਯੋਧੇ ਨੌਜਵਾਨ ਇੱਕੋ ਹੀ ਵਾਰ ਮਾਰ ਲੋ ਕਰਕੇ ਪੈ ਜਾਂਦੇ ਨੇ। ਹਲਾਹੂਲ ਰੱਲੇ ਪਾਰੀ ਨਾ ਪਿਛੇਲੇ, ਫਿਰ ਇੱਕ ਦੂਸਰੇ ਨੂੰ ਹੱਲਾ ਸ਼ੇਰੀ ਦਿੰਦੇ ਹਨ, ਅੱਗੇ ਵੱਧਦੇ ਨੇ, ਪਿੱਛੇ ਨੀ ਹਟਣਾ, ਅੱਗੇ ਹੀ ਵੱਧ ਕੇ ਜਾਣਾ। ਗਰੇ ਵੀਰ ਮਾਨੀ ਬੜੇ ਸ਼ਸਤਰ ਪਾਨੀ, ਜਿਹਨਾਂ ਨੂੰ ਆਪਣੇ ਯੁੱਧ ਦੇ ਉੱਤੇ ਯੁੱਧ ਵਿਦਿਆ ਤੇ ਮਾਣ ਹੈ, ਜਿਨ੍ਹਾਂ ਨੇ ਸ਼ਸਤਰ ਪਕੜੇ ਹੋਏ ਨੇ ਹੱਥਾਂ ਦੇ ਵਿੱਚ। ਪਇਓ ਅੰਧਕਾਰਾ ਵਧੀ ਧੂਮ ਤਾਰਾ, ਲੋਕਾਂ ਦੇ ਚੱਲਣ ਦੇ ਨਾਲ ਇੱਕ ਵਾਰੀ ਧੂੰਆਂ ਧਾਰ ਹੋ ਜਾਂਦਾ ਹੈ, ਘੋੜਿਆਂ ਦੇ ਚੱਲਣ ਦੇ ਨਾਲ ਮਿੱਟੀ ਘੱਟਾ ਉੱਡਦਾ। ਉਡੀ ਪੁੱਲ ਛਾਈ ਦਿਨਸ਼ ਛਪਾਈ, ਕਹਿੰਦੇ ਇੰਨਾ ਮਿੱਟੀ ਘੱਟਾ ਧੂੰਆਂ ਮਾਨੋ ਕਿਤੇ ਦਿਨ ਦੇ ਵਿੱਚ ਹੀ ਸੂਰਜ ਨੂੰ ਛਪਾ ਲਿਆ, ਹਨੇਰਾ ਪੈ ਜਾਂਦਾ। ਬਜੇ ਰਾਗ ਮਾਰੂ ਜੁਝਾਰੇ ਜੁਝਾਰੂ, ਫਿਰ ਅੱਗੇ ਨਗਾਰੇ ਵੱਜਦੇ ਹਨ, ਢੋਲ ਵਜਾਏ ਜਾਂਦੇ ਹਨ। ਦਿਸ਼ਾ ਦੋਨ ਸੂਰੰਗ ਰਿਧੇ ਕ੍ਰੋਧ ਪੂਰੰਗ, ਜਿੱਧਰ ਵੀ ਦੇਖੋ ਸਾਰਿਆਂ ਦੇ ਅੰਦਰ ਪੂਰਾ ਕ੍ਰੋਧ ਛਾਇਆ ਹੋਇਆ ਸੂਰਮਿਆਂ ਦੇ। ਕਰੇ ਲੈ ਕਰੇ ਲਾਲ ਨੈਨਾ ਬੰਕੇ ਬਕ ਨੈ ਬੈਨਾ, ਬੰਕੇ ਜਵਾਨ ਨੇ ਅੱਖਾਂ ਦੀਆਂ ਪਹੁੰਚ ਚੜੀਆਂ ਹਨ, ਗੁੱਸੇ ਦੇ ਵਿੱਚ ਚਿਹਰੇ ਦਾ ਅੱਖਾਂ ਦਾ ਰੰਗ ਲਾਲ ਹੁੰਦਾ। ਗੁਰੂ ਪੀਰ ਗਾਡੋ ਕਾਂ ਆਪ ਠਾਂਡੋ, ਸਤਿਗੁਰੂ ਜੀ ਆਪ ਖੜੇ ਵੇਖ ਰਹੇ ਹਨ। ਚਲੋ ਤਾਹੇ ਤੀਰੰਗ ਦਿਖੇ ਕੈਸ਼ ਤੀਰੰਗ, ਇੱਧਰ ਪਾਸੇ ਸਤਿਗੁਰੂ ਜੀ ਵੇਖਦੇ ਦੁਸ਼ਮਣ ਭਾਰੂ ਹੁੰਦਾ, ਉਧਰ ਸਤਿਗੁਰਾਂ ਜੀ ਦੇ ਤੀਰ ਚੱਲਦੇ ਹਨ। ਕਹੋ ਮੇਲ ਕਹਿ ਕਹਿ ਕਿਦੋਂ ਪ੍ਰਾਣ ਕਹਿ ਕਹਿ, ਸਾਰੇ ਆਪਣੇ ਆਪਣੇ ਪ੍ਰਾਣਾਂ ਨੂੰ ਅੱਗੇ ਰੱਖ ਕੇ ਚੱਲੇ ਹੋਏ ਹਨ, ਕੋਈ ਪਿੱਛੇ ਹਟਣ ਵਾਲਾ ਨਹੀਂ ਹੈ। ਕਰੋ ਜੀਤ ਪਾਰੀ ਨਾ ਕੀਜੇ ਆਵਾਰੀ, ਸਤਿਗੁਰੂ ਜੀ ਸੁਨੇਹਾ ਭੇਜਦੇ ਵਾਦਨ ਦੇ, ਭਾਈ ਜਾਓ ਜਿੱਤ ਪ੍ਰਾਪਤ ਕਰੋ। ਕਹੇ ਸ਼ਤਰੂ ਖੋਟੇ ਜਾਬੇ ਲੋ ਨਾ ਹੋਟੇ, ਸਤਿਗੁਰੂ ਜੀ ਕਹਿੰਦੇ ਵੀ ਇਹ ਦੁਸ਼ਮਣ ਸਾਰੇ ਖੋਟੇ ਨੇ ਇਹ, ਕਿਉਂਕਿ ਬਿਨਾਂ ਕਸੂਰ ਤੋਂ ਜਿਹੜਾ ਯੁੱਧ ਹੈ ਉਹ ਮਾੜੀ ਨੀਅਤ ਹੈ, ਮਾੜੀ ਸੋਚ ਹੈ।
ਤੇ ਹੁਣ ਜਦੋਂ ਮਾੜੀ ਸੋਚ ਹੋਵੇ ਤੇ ਫਿਰ ਉਹਨਾਂ ਨੇ ਜਿੱਤਣਾ ਕਿੱਥੇ ਹੈ? ਸਾਹਿਬ ਜੀ ਕਹਿੰਦੇ ਇਹਨਾਂ ਨੇ ਲੋਹੇ ਦੀ ਮਾਰ ਝੱਲਣੀ ਨਹੀਂ ਹੈ, ਤੁਸੀਂ ਵਧੋ ਖਾਂ ਇੱਕ ਵਾਰ ਅੱਗੇ। ਵਧੇ ਅਗਰ ਆਏ ਤੋ ਰੰਗੰ ਤਵਾਏ, ਜਿਹਨੇ ਵੀ ਵਧ ਕੇ ਆਏ ਨੇ ਅੱਗੇ ਘੋੜਿਆਂ ਨੂੰ ਦੜਾ ਕੇ, ਦੋਹਰਾ ਮਾਰ ਮਾਰ ਇਵ ਕਰਤ ਰਿਪ, ਜਬ ਕਾਲਿਓ ਕਮ ਸਾਨ। ਇਸ ਵਕਤ ਸਤਿਗੁਰਾਂ ਜੀ ਦੇ ਹੁਕਮ ਦੇ ਨਾਲ ਭਾਈ ਵਿਧੀ ਚੰਦ ਨੇ ਮਾਰ ਲੋ ਕਰਕੇ ਘਮਸਾਨ ਦਾ ਹੱਲਾ ਕੀਤਾ। ਓਰੜ ਆਏ ਤੁਰਕ ਗਨ ਸਕਲ ਮੇਲ ਕੋ ਠਾਨ। ਜਦੋਂ ਭਾਈ ਵਿਧੀ ਚੰਦ ਨੂੰ ਜਥੇ ਦੇ ਸਮੇਤ ਆਉਂਦਾ ਹੋਇਆ ਵੇਖਦੇ ਨੇ ਇਹ ਕਿੱਧਰ ਨੂੰ ਪਵੇਗਾ, ਤਾਂ ਤੁਰਕ ਅੱਗੇ ਤੋਂ ਇਕੱਠੇ ਹੋ ਕੇ ਆ ਜਾਂਦੇ ਹਨ ਲੜਨ ਦੇ ਲਈ, ਰੋਕਣ ਦੇ ਲਈ। ਸਵਈਆ ਸ਼੍ਰੀ ਹਰ ਗੋਬਿੰਦ ਕੇ ਗਨ ਵੀਰ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਸੋਰ ਮੈਂ, ਸਹਾਰ ਸਕੇ ਨਾ ਜਬੇਰੇ ਪਿਆਏ। ਜਦੋਂ ਸਤਿਗੁਰਾਂ ਜੀ ਦੇ ਸੋਰ ਮੈਂ ਚੜ੍ਹਦੇ ਨੇ, ਉਹਨਾਂ ਦਾ ਵਾਰ ਦੁਸ਼ਮਣ ਤੋਂ ਝੱਲਿਆ ਨਹੀਂ ਜਾਂਦਾ, ਨਾ ਹੀ ਇਹਨਾਂ ਝੂਠਿਆਂ ਨੂੰ ਸਿੱਖ ਬਰਦਾਸ਼ਤ ਕਰਦੇ ਨੇ ਅੱਗੇ ਵੱਧ ਕੇ ਆਉਣ ਦੇ ਲਈ। ਚੁੰਗ ਕੋ ਬਾਂਧ ਨੀ ਸੰਗ ਗਏ ਵੱਧ, ਅੱਗੇ ਵੱਧ ਕੇ ਜਾਂਦੇ ਹਨ, ਕੋਈ ਡਰ ਨਹੀਂ ਹੈ ਵੀ ਅੱਗੇ ਤੋਂ ਤੁਰਕ ਸਾਨੂੰ ਰੋਕਣ ਦੇ ਲਈ ਆ ਰਹੇ ਨੇ, ਇਕੱਠੇ ਹੋ ਕੇ ਜਾ ਰਹੇ ਨੇ ਸਿੱਖ ਅੱਗੇ। ਆਗੇ ਤੋ ਪੰਗ ਸਮੂਹ ਚਲਾਏ, ਸਾਹਮਣੇ ਵੇਖ ਕੇ ਬੰਦੂਕਾਂ ਚਲਾਉਂਦੇ ਹਨ ਦੁਸ਼ਮਣ ਨੂੰ ਰੋਕਣ ਦੇ ਲਈ। ਜੋ ਗੁਲਕਾਂ ਝੂਟ ਛੂਕ ਗਈ, ਦੋ ਦੋ ਗੋਲੀਆਂ ਜਦੋਂ ਚਲਦੀਆਂ ਹਨ ਬੰਦੂਕਾਂ ਦੇ ਵਿੱਚੋਂ ਸੂਕਦੀਆਂ ਜਾਂਦੀਆਂ ਨੇ। ਤੁਰਕਾਨ ਕੇ ਅੰਗ ਸਭੀ ਲੱਗ ਜਾਏ, ਕੋਈ ਵੀ ਗੋਲੀ ਖਾਲੀ ਨਹੀਂ ਜਾਂਦੀ, ਜਿਤਨੇ ਵੀ ਪਠਾਨ ਅੱਗੇ ਹੁੰਦੇ ਹਨ ਉਹ ਗੋਲੀਆਂ ਲੱਗਦੀਆਂ ਨੇ ਉਹਨਾਂ ਦੇ। ਸਿੱਖਾਂ ਦਾ ਬਚਾਅ ਗਿਣਤੀ ਘੱਟ ਹੈ ਤੇ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਣਾ, ਗਿਣਤੀ ਜ਼ਿਆਦਾ ਹੈ ਤੇ ਇਧਰੋਂ ਜਿੰਨੀਆਂ ਗੋਲੀਆਂ ਚੱਲਣੀਆਂ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ, ਸਾਰਿਆਂ ਦੇ ਲੱਗਣੀਆਂ ਹੀ ਲੱਗਣੀਆਂ, ਉਹ ਕੋਈ ਖਾਲੀ ਨਹੀਂ ਜਾਣੀ ਹੈ। ਸੋ ਕੋਈ ਖਾਲੀ ਨਹੀਂ ਜਾਂਦਾ ਨਿਸ਼ਾਨਾ, ਤੁਰਕਾਂ ਦੇ ਲੱਗਦੀਆਂ ਹਨ ਗੋਲੀਆਂ। ਉਮ ਦੜਾ ਦੜ ਦੀਖਤ ਯੋਂ ਦਲ, ਜਿਸ ਵਕਤ ਲੱਗਦੀਆਂ ਨੇ ਗੋਲੀਆਂ, ਦੜਾ ਦੜ ਡਿੱਗਦੇ ਹਨ ਧਰਤੀ ਦੇ ਉੱਤੇ। ਬ੍ਰਿਛ ਹਾਲੇ ਫਲ ਸੂਰ ਘੇਰਾਏ, ਜਿਵੇਂ ਕਹਿੰਦੇ ਹਨ ਵੀ ਦਰਖਤ ਨੂੰ ਫਲ ਲੱਗਿਆ ਹੋਵੇ, ਪੱਕੇ ਹੋਏ ਹੋਣ ਤੇ ਉਹਨੂੰ ਹਿਲਾਈਏ ਤੇ ਸਾਰੇ ਥੱਲੇ ਡਿੱਗਦੇ ਨੇ, ਇਸ ਤਰ੍ਹਾਂ ਘੋੜਿਆਂ ਤੋਂ ਡਿੱਗਦੇ ਹਨ ਤੁਰਕ। ਤੂਰਨ ਬ੍ਰਿੰਦ ਬਾਰੂਦ ਕੋ ਡਾਲਤ, ਨਾਲ ਦੀ ਨਾਲ ਫਿਰ ਬਾਰੂਦ ਪਾਇਆ ਜਾਂਦਾ ਬੰਦੂਕਾਂ ਦੇ ਵਿੱਚ ਕੂਪੀਆਂ ਦੇ ਨਾਲ। ਐਚ ਨਿਕਾਲਤ ਹੈ ਗਜ ਸੂਰੇ, ਸੁਰ ਮੈਂ ਗਜ ਕੱਢ ਲੈਂਦੇ ਹਨ ਠੋਕ ਕੇ ਵਿੱਚ। ਦੁਐ ਗੁਲ ਕਾਨ ਕੋ ਠੋਕਤ ਹੈ, ਦੋ ਦੋ ਗੋਲੀਆਂ ਇਕੱਠੀਆਂ ਹੀ ਪਾ ਲੈਂਦੇ ਹਨ। ਇਤ ਰੋਕਣ ਕੇ ਰਿਸ ਮੈਂ ਔਰ ਪੂਰੇ, ਰੋਕਣ ਦੇ ਵਿੱਚ ਪੂਰੇ ਤਕੜੇ ਹਨ ਸੂਰਮੇ।
ਹੱਥ ਰਵਾਂ ਕਰ ਛੋਰਤ ਸਮੁਖ, ਹੱਥ ਰਵਾਂ ਕਰਦੇ ਹਨ ਸਿਸਤ ਨਿਸ਼ਾਨਾ ਬੰਨਦੇ ਨੇ ਫਿਰ ਚਲਾਉਂਦੇ ਹਨ, ਮਾਰਤ ਗੇਰਤ ਨੇਰ ਕੇ ਦੂਰੇ, ਜਿਹੜੇ ਹੋਵੇ ਦੂਰ ਹੋਵੇ ਜਿਹੜਾ ਅੱਗੇ ਆ ਗਿਆ ਉਹਨੂੰ ਸੁੱਟ ਹੀ ਲੈਣਾ ਥੱਲੇ ਘੋੜੇ ਤੋਂ, ਭੰਗ ਕੋ ਖਾਏ ਮਲੰਗ ਪਾਰੇ ਜਨ, ਮਾਨੋ ਕਿਤੇ ਭੰਗ ਨੂੰ ਖਾ ਕੇ ਮਲੰਗ ਪਏ ਹੋਣ, ਯੋ ਰਣ ਖੇਤ ਪਾਰੇ ਪੱਟ ਰੂਰੇ, ਬਹੁਤ ਸਾਰੇ ਸੂਰਮੇ ਪਏ ਹਨ ਧਰਤੀ ਤੇ ਲਿਟਦੇ ਹਨ, ਜੋ ਮਰ ਗਏ ਸੋ ਪਾਰੇ ਤਾਰ ਪੈ, ਜਿਹੜੇ ਮਰ ਗਏ ਉਹ ਤਾਂ ਸ਼ਾਂਤ ਹੋਈ ਪਏ ਹਨ ਧਰਤੀ ਤੇ, ਪਟ ਜੀਵ ਤੇ ਆਨ ਮਿਲੇ ਇੱਕ ਵਾਰੀ, ਜਿਹੜੇ ਜਿਉਂਦੇ ਨੇ ਉਹ ਸਾਰੇ ਇੱਕੋ ਹੀ ਵਾਰੀ ਇਕੱਠੇ ਹੋ ਕੇ ਅੱਗੇ ਆਉਂਦੇ ਹਨ, ਦੋਨੋ ਵੀਰ ਲਾਏ ਦਲ ਕੋ, ਦੋਵੇਂ ਪਾਸੇ ਦੇ ਸੂਰਮੇ ਆਪਣੇ ਆਪਣੇ ਦਲਾਂ ਨੂੰ ਲੈ ਕੇ, ਅਮੀਆਂ ਮੇਰਾ ਹਥਿਆਰਨ ਤਾਰੀ, ਭਾਈ ਅਮੀਆਂ ਹੈ ਭਾਈ ਮੇਰਾ ਹੈ ਅੱਗੇ ਵਧੇ ਹਨ, ਛੋਰ ਗਈ ਇੱਕ ਪਾਰ ਤੋਂ ਪੰਗਨ, ਆਪਣੇ ਜਥਿਆਂ ਦੇ ਸਮੇਤ ਇਕੱਠਿਆਂ ਹੀ ਗੋਲੀਆਂ ਚਲਾ ਦਿੱਤੀਆਂ ਤੁਰਕਾਂ ਵੱਲ, ਫਿਰ ਨਿਕਾਰ ਜੁਟੇ ਤਰਵਾਰੀ, ਜਦੋਂ ਬਿਲਕੁਲ ਨੇੜੇ ਹੋ ਜਾਂਦੇ ਹਨ ਫਿਰ ਤਲਵਾਰਾਂ ਕੱਢ ਕੇ ਜੁਟ ਜਾਂਦੇ ਹਨ, ਯੋ ਚਮਕੀ ਜਨ ਬ੍ਰਿੰਦ ਛਟਾ ਕੰਨ, ਮਾਨੋ ਕਿਤੇ ਤਲਵਾਰਾਂ ਚਮਕਦੀਆਂ ਨੇ ਜਿਵੇਂ ਬੱਦਲਾਂ ਦੇ ਵਿੱਚ ਜਿਵੇਂ ਬਿਜਲੀਆਂ ਚਮਕਦੀਆਂ ਹੋਣ, ਕੰਨ ਮੈਂ ਦਮਕੇ ਠਹਿਰੇ ਕਰ ਸਾਰੀ, ਇਹ ਉੱਥੇ ਫਿਰ ਵਰਸਦੇ ਹਨ ਗੜੇ ਮਾਨੋ ਸੁੱਟਦੇ ਨੇ ਥੱਲੇ, ਕਾਟਤ ਆਪਸ ਮੈਂ ਪੱਟ ਅੰਗ, ਸੂਰਮੇ ਇੱਕ ਦੂਸਰੇ ਦੇ ਅੰਗਾਂ ਨੂੰ ਕੱਟਦੇ ਹਨ ਵਾਰ ਕਰਕੇ, ਨਿਸੰਗ ਪਾਏ ਮਨ ਜੰਗ ਮਜਾਰੀ, ਬੇਝਿਜਕ ਹੋ ਕੇ ਤੁਰੇ ਫਿਰਦੇ ਨੇ ਕੋਈ ਕਿਸੇ ਨੂੰ ਡਰ ਨਹੀਂ ਹੈ ਕਿਸੇ ਦਾ, ਮੋਡਨ ਕੋ ਕੱਟ ਕੋ ਕੱਟ ਦੇ ਦੇ, ਕੋਈ ਮੋਢੇ ਨੂੰ ਕੱਟ ਦਿੰਦਾ ਹੈ ਕੋਈ ਲੱਕ ਤੋਂ ਕੱਟ ਦਿੰਦਾ ਹੈ, ਕਿਨੂੰ ਆਸ ਤੁੰਡ ਕੇ ਮੁੰਡ ਪਹਿਚਾਰੀ, ਕਿਸੇ ਨੇ ਸਿਰ ਦੇ ਵਿੱਚ ਮਾਰੀ ਸਿੱਧੀ ਉਹ ਕਿਰਪਾਨ, ਕਿਸੇ ਨੇ ਗਲਾ ਕੱਟ ਦਿੱਤਾ, ਹੱਥ ਕੱਟੇ ਕੈ ਗਰੀਬ ਕੱਟੀ, ਕਿਸੇ ਦੀ ਗਰਦਨ ਕੱਟੀ ਹੋਈ ਹੈ ਕਿਸੇ ਦਾ ਹੱਥ ਕੱਟਿਆ ਗਿਆ, ਕਿਸ ਜੰਗ ਕੱਟੀ ਬੱਡ ਤੂਰਨ ਤਾਰੀ, ਕਿਸੇ ਦੀ ਲੱਤ ਕੱਟੀ ਜਾਂਦੀ ਹੈ ਵਾਰ ਦੇ ਨਾਲ, ਰੰਗ ਲੀਏ ਅਸ ਸ਼ੋਨਤ ਸੋ, ਸਾਰਿਆਂ ਨੇ ਆਪਣੀਆਂ ਤਲਵਾਰਾਂ ਖੂਨ ਦੇ ਵਿੱਚ ਰੰਗ ਲਈਆਂ ਹਨ, ਮ੍ਰਿਤਯੂ ਜਾਪਤ ਪਾਨ ਜੋ ਜੀਵ ਨਿਕਾਰੀ, ਜਿਵੇਂ ਕਹਿੰਦੇ ਹਨ ਜੀਵ ਪਾਨ ਚੱਬਦੀ ਹੁੰਦੀ ਇਸ ਤਰ੍ਹਾਂ ਕਿਰਪਾਨਾਂ ਚੱਬ ਰਹੀਆਂ ਨੇ ਦੁਸ਼ਮਣਾਂ ਨੂੰ, ਮਾਨੋ ਵਿਆਹ ਸਮਾਜ ਬਣਿਓ ਜਨ, ਮਾਨੋ ਕਿਤੇ ਵਿਆਹ ਦਾ ਸਮਾਜ ਇਕੱਠ ਹੋਇਆ ਹੋਵੇ, ਪ੍ਰੀਤ ਕਰੇ ਜੁਗ ਔਰ ਟਰੇ, ਦੋਵੇਂ ਪਾਸੇ ਤੋਂ ਆ ਕੇ ਜਿਵੇਂ ਕੁੜਮਾਈ ਹੁੰਦੀ ਨਾ ਬੜੇ ਪਿਆਰ ਦੇ ਨਾਲ ਮਿਲਦੇ ਨੇ, ਇਸ ਤਰ੍ਹਾਂ ਸੂਰਮੇ ਇੱਕ ਦੂਸਰੇ ਦੇ ਨੇੜੇ ਹੋ ਕੇ ਮਿਲਦੇ ਹਨ, ਲੜਦੇ ਨੇ ਮਾਰਦੇ ਹਨ, ਸੂਰਨ ਕੇ ਪਿੱਖ ਨੂਰਨ ਕੋ, ਸੂਰਾਂ ਨੂੰ ਵਰਨ ਵਾਸਤੇ ਜਿਹੜੀਆਂ ਹੂਰਾਂ ਨੇ, ਕਰਤੂਰਨ
ਮਨ ਬਾਰੇ ਬੜੀ ਛੇਤੀ ਦੇ ਨਾਲ ਸ਼ਿੰਗਾਰ ਕਰਕੇ ਪਹੁੰਚਦੀਆਂ ਨੇ ਸੂਰਮਿਆਂ ਨੂੰ ਵਰਨ ਵਾਸਤੇ ਹੂਰਾ ਬਾਦਿਤ ਬਾਜਤ ਮਾਰ ਉਚਾਰਤ ਢੋਲ ਵੱਜ ਰਹੇ ਹਨ ਤੇ ਮਾਰ ਲੋ ਦਾ ਗੀਤ ਗਾਇਆ ਜਾਂਦਾ ਹੈ ਗਾਵਤ ਗੀਤ ਜੋ ਮੋਦ ਭਰੇ ਮਾਨੋ ਕਿਤੇ ਬਹੁਤ ਖੁਸ਼ੀ ਦੇ ਨਾਲ ਭਰੇ ਹੋਏ ਹਨ ਸੂਰਮੇ ਹੋਤੇ ਮਹਾ ਉਤਸਾਹ ਮਿਲੇ ਬਹੁਤ ਵੱਡਾ ਉਤਸ਼ਾਹ ਹੈ ਸਾਰੇ ਮਿਲੇ ਹੋਏ ਹਨ ਪਟ ਰੰਗ ਤੇ ਰੰਗ ਸੋ ਰੰਗ ਖਰੇ ਸਾਰਿਆਂ ਦੇ ਕੱਪੜੇ ਰੰਗੇ ਹੋਏ ਹਨ ਖੂਨ ਦੇ ਨਾਲ ਤੁਰਕਾਨ ਸਮੂਹ ਜੇ ਆਨ ਪਰੇ ਜਿਹੜਾ ਤੁਰਕਾਂ ਦਾ ਸਮੂਹ ਸਾਹਮਣੇ ਤੋਂ ਆ ਕੇ ਪਿਆ ਦਿਨ ਬੀਚ ਘਿਰੇ ਓ ਮਹਿਰਾ ਅਰ ਕੈ ਉਹਨਾਂ ਦੇ ਵਿੱਚ ਜਾ ਕੇ ਭਾਈ ਮੇਰਾ ਜਿਹੜਾ ਵੜਦਾ ਤੇ ਫਿਰ ਘਿਰ ਜਾਂਦਾ ਚਖ ਲਾਲ ਤਾਰੇ ਮੁਖ ਉਠਨ ਜਾਪਤ ਲਾਲ ਨੇ ਚਿਹਰਾ ਲਾਲ ਹੈ ਤੇ ਗੁੱਸੇ ਦੇ ਵਿੱਚ ਬੁੱਲ ਕੱਟਦਾ ਚੜੀ ਆਰ ਸੋ ਲਾਰ ਕੈ ਪਹੁੰ ਚੜੀਆਂ ਹੋਈਆਂ ਹਨ ਦੁਸ਼ਮਣਾਂ ਦੇ ਨਾਲ ਲੜ ਰਿਹਾ ਕਰ ਫੇਰਤ ਧੋਪ ਚਾਉ ਦੇਸ਼ ਮੈਂ ਬਹੁਤ ਉਤਸ਼ਾਹ ਹੈ ਆਲੇ ਦੁਆਲੇ ਤੋਂ ਘਿਰਿਆ ਹੋਇਆ ਮੇਰਾ ਵਿੱਚ ਪਟ ਟੂਕਤ ਨੇਰ ਗਿਰੇ ਮਾਰ ਕੈ ਨੇੜੇ ਆਉਂਦੇ ਹਨ ਮਾਰ ਕੇ ਪਿੱਛੇ ਹਟਾਉਂਦਾ ਫਿਰ ਆ ਜਾਂਦੇ ਹਨ ਨੇੜੇ ਲਿਆ ਕਾਤ ਪਾਇਓ ਤਪ ਪਾਇਨ ਸੋ ਬਹੁਤ ਜ਼ਖਮੀ ਹੋਇਆ ਤੇ ਤੁਰਿਆ ਫਿਰਦਾ ਇਸ ਦੇ ਬਾਵਜੂਦ ਵੇ ਕੁਛ ਲੰਤ ਪ੍ਰਹਾਰਤ ਸੋ ਫੇਰ ਕੈ ਆਲਾ ਮਾਰ ਮਾਰ ਕੇ ਵਾਰ ਕਰਦਾ ਦੁਸ਼ਮਣਾਂ ਦੇ ਉੱਪਰ ਮਾਰ ਸਮਹੂਹਨ ਸ਼ਤਰੁਨ ਕੋ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਭਾਈ ਮੇਰਾ ਸਹਿ ਕਾਵ ਅਨੇਕ ਪਾਇਓ ਡਰ ਕਰ ਸਰੀਰ ਦੇ ਉੱਤੇ ਬਹੁਤ ਸਾਰੇ ਜ਼ਖਮ ਹੋਏ ਨੇ ਪਰ ਇਸ ਦੇ ਬਾਵਜੂਦ ਵੀ ਦੁਸ਼ਮਣਾਂ ਤੇ ਭਾਰੂ ਹੈ ਡਰਾਉਂਦਾ ਹੈ ਉਮ ਪਰੇ ਹੋ ਨਾ ਤੋਂ ਰਣ ਛੋੜਤ ਬਹੁਤ ਜ਼ਖਮੀ ਹੋਇਆ ਪਰ ਇਸ ਦੇ ਬਾਵਜੂਦ ਮੈਦਾਨ ਨਹੀਂ ਛੱਡਦਾ ਹੇਰ ਤਾਬੇ ਅਮੀਆਂ ਮਨ ਕ੍ਰੋਧਤ ਆਖਰਕਾਰ ਭਾਈ ਮੇਰਾ ਸ਼ਾਂਤ ਹੋ ਜਾਂਦਾ ਹੈ ਅਨੇਕਾਂ ਦੁਸ਼ਮਣਾਂ ਦੇ ਵਿੱਚ ਘਿਰ ਕੇ ਅਨੇਕਾਂ ਸਰੀਰ ਦੇ ਉੱਤੇ ਜ਼ਖਮ ਚੱਲਦਾ ਹੋਇਆ ਭਾਈ ਅਮੀਆਂ ਵੇਖਦਾ ਪੁੰਜ ਰਿਪੂ ਸਮੁਖ ਟਕਰੇ ਬਹੁਤ ਸਾਰੇ ਦੁਸ਼ਮਣ ਨੇ ਜਿਨ੍ਹਾਂ ਨੇ ਭਾਈ ਮੇਰੇ ਨੂੰ ਸ਼ਹੀਦ ਕੀਤਾ ਕਾਲਤ ਪਾਤਮ ਸਾਨ ਕਨੋ ਉਹਨਾਂ ਦੇ ਸਾਹਮਣੇ ਹੋਇਆ ਫਿਰ ਉਹਨਾਂ ਨੂੰ ਪਿੱਛੇ ਹਟਾਉਣ ਦੇ ਲਈ ਲਾਸ਼ ਨੂੰ ਚੁੱਕਣ ਦੇ ਲਈ ਕਰ ਸੰਗਰ ਕੋਰ ਅਸੀਂ ਪਕਰੇ ਪਕੜੀ ਹੋਈ ਅਸੀਂ ਕਿਰਪਾਨ ਆਪਣੀ ਤੇ ਜੁਟਿਆ ਹੋਇਆ ਦੁਸ਼ਮਣਾਂ ਦੇ ਨਾਲ ਆਨ ਪਾਰੇ ਤੁਰ ਕਾਨ ਬਲੀ ਬਹੁਤ ਸਾਰੇ ਤੁਰਕ ਇਕੱਠੇ ਹੋ ਕੇ ਪੈ ਗਏ ਹਨ ਤਿਨ ਹਾਨਤ ਕਾਵ ਕਾਨੇ ਕਾਰ ਕਾਲਤ ਅਮੀਏ ਨੇ ਚੰਗਾ ਹੱਥ ਦਿਖਾਇਆ ਤੁਰਕਾਂ ਨੂੰ ਗੁੱਸੇ ਦੇ ਵਿੱਚ ਭਾਈ ਮੇਰੇ ਦੀ ਸ਼ਹੀਦੀ ਕਰਕੇ ਫਿਰ ਤੋ ਰੰਗ ਨਚਾਵਤ ਕਾਵਤ ਆਪਣੇ ਘੋੜੇ ਨੂੰ ਮਨ ਨੂੰ ਨਚਾਉਂਦਾ ਫਿਰਦਾ ਹੈ ਦੁਸ਼ਮਣਾਂ ਨੂੰ ਜ਼ਖਮੀ ਕਰਦਾ ਫਿਰਦਾ ਆਪਨ ਦੇਹੋ
ਪਾਛੇ ਹਨ ਚਾਲਤ। ਆਪਣਿਆਂ ਨੂੰ ਬਚਾਉਣ ਵਾਸਤੇ, ਸਿੱਖਾਂ ਨੂੰ ਬਚਾਉਣ ਵਾਸਤੇ ਸਰੀਰ ਦੇ ਉੱਤੇ ਜ਼ਖਮ ਚੱਲਦਾ। ਅੰਗ ਤਛਾ ਮੁੱਛ ਤੂਰਨ ਤਾਤਾਰ, ਅੰਗ ਤੁਛ ਮੁੱਛ ਕਰੀ ਜਾਂਦਾ, ਕੱਟੀ ਜਾਂਦਾ ਜਿਹੜਾ ਵੀ ਅੱਗੇ ਆ ਗਿਆ। ਆਏ ਆਰੇ ਰਿਪ ਕਾਟਤ ਡਾਲਤ, ਜਿਹੜੇ ਵੀ ਆਉਂਦੇ ਨੇ ਸਾਹਮਣੇ ਉਹਨਾਂ ਨੂੰ ਕੱਟ ਕੱਟ ਕੇ ਸੁੱਟਦਾ। ਹੋਤ ਸ਼ਹੀਦ ਪਾਇਓ ਰਣ ਮੈਂ, ਇਸ ਤਰ੍ਹਾਂ ਬਹੁਤ ਸਾਰੇ ਤੁਰਕਾਂ ਨੂੰ ਮਾਰਦਾ ਹੋਇਆ ਭਾਈ ਅਮੀਆਂ ਵੀ ਸ਼ਹੀਦ ਹੋ ਜਾਂਦਾ। ਰਿਜ ਦੇਵ ਬਾਦੂ ਤੈ ਜੁੱਧ ਨਿਹਾਲਤ, ਪਸ਼ਰਾਂ ਹਨ ਦੇਵਤੇ ਜਿਹੜੇ ਜੁੱਧ ਨੂੰ ਵੇਖ ਰਹੇ ਹਨ। ਦੋਹਰਾ ਕੁਛ ਦਲ ਸੋ ਦੁਐ ਦਲ ਪਤੀ, ਜੂਜੇ ਜੰਗ ਮਜਾਰ। ਸਤਿਗੁਰਾਂ ਜੀ ਵੱਲੋਂ ਦੋ ਜਥੇਦਾਰ ਭਾਈ ਮੇਰਾ ਤੇ ਭਾਈ ਅਮੀਆ ਆਖਰੀ ਸਵਾਸ ਤੱਕ ਦੁਸ਼ਮਣਾਂ ਦੇ ਨਾਲ ਜੂਝਦੇ ਹਨ, ਲੜਦੇ ਰਹੇ ਹਨ। ਸਨਮੁਖ ਜੇ ਤੁਰ ਕਾਨ ਕੋ ਤਰਵਾਰਨ ਸੋ ਮਾਰ, ਬਹੁਤ ਸਾਰੇ ਤੁਰਕ ਜਿਹੜੇ ਸਾਹਮਣੇ ਤੋਂ ਆਏ ਉਹਨਾਂ ਨੂੰ ਮਾਰ ਮਾਰ ਕੇ ਕੱਟ ਕੱਟ ਕੇ ਸੁੱਟਣਾ ਕੀਤਾ। ਸਵਈਆ ਸ਼੍ਰੀ ਹਰ ਗੋਬਿੰਦ ਵੀਰ ਬਹਾਦਰ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਯੁੱਧ ਦੀ ਗਵਾਹੀ ਕਰ ਰਹੇ ਹਨ, ਬਹਾਦਰ ਨੇ ਸੂਰਮੇ ਹਨ। ਯੋ ਕਮ ਸਾਨ ਕਾਨੋ ਜਬ ਹੇਰੇ, ਜਦੋਂ ਉਹਨਾਂ ਨੇ ਦੁਸ਼ਮਣਾਂ ਨੂੰ ਵੱਧ ਕੇ ਆਉਂਦਾ ਵੇਖਿਆ ਵੀ ਦੋਵੇਂ ਸਾਡੇ ਜਥੇਦਾਰ ਸ਼ਹੀਦ ਹੋ ਗਏ ਹਨ ਤੇ ਦੁਸ਼ਮਣ ਘਮਸਾਨ ਦਾ ਯੁੱਧ ਕਰਕੇ ਅੱਗੇ ਵੱਧ ਰਿਹਾ। ਤੀਰ ਨਿਕਾਰਤ ਚਾਂਪ ਮੈਂ ਧਾਰਤ, ਤਾਂ ਫਿਰ ਸਤਿਗੁਰੂ ਜੀ ਆਪਣੇ ਖੱਪਰੇ ਤੀਰ ਕੱਢਦੇ ਤੇ ਆਪਣੀ ਪੰਨ ਚ ਧਨੁਸ਼ ਦੇ ਵਿਚ ਸਿੰਨ ਕੇ, ਤਾਨ ਪ੍ਰਹਾਰਤ ਹੈ ਤਿਸ ਬੇਰੇ, ਸਤਿਗੁਰੂ ਜੀ ਜਿਸ ਵਾਤ ਛੱਡਦੇ ਹਨ ਫਿਰ ਕਈ ਕਈ ਦੇ ਵਿਚ ਨੂੰ ਤੀਰ ਲੰਘਦਾ ਜਾਂਦਾ ਗੁਰੂ ਜੀ ਦਾ। ਬ੍ਰਿੰਦ ਜਹਾਂ ਰਿਪ ਮਾਰਤ ਹੈ, ਜਿਸ ਥਾਂ ਦੇ ਉੱਤੇ ਦੁਸ਼ਮਣ ਬਹੁਤਾ ਨੁਕਸਾਨ ਕਰ ਰਹੇ ਨੇ ਸਿੱਖਾਂ ਦਾ, ਤੈ ਬੀਦਤ ਜਾਤ ਹੈ ਘੋਰ ਕਨੇਰੇ, ਉਧਰ ਸਤਿਗੁਰਾਂ ਜੀ ਦੇ ਤੀਰ ਬਹੁਤੇ ਦੁਸ਼ਮਣਾਂ ਨੂੰ ਬਿੰਨਦੇ ਜਾਂਦੇ ਹਨ। ਬ੍ਰਿੰਦ ਤੋਂ ਰੰਗਨ ਕੈ ਪੱਟ ਅੰਗਨ, ਅੱਗੇ ਚਾਹੇ ਘੋੜਾ ਆ ਗਿਆ ਤੇ ਚਾਹੇ ਕੋਈ ਤੁਰਕ ਆ ਗਿਆ ਬਚਦਾ ਨਹੀਂ ਹੈ। ਪਾਰ ਪਾਰੇ ਆਵਨੀ ਪਾਰ ਗੇਰੇ, ਪਾਰ ਲੰਘ ਜਾਂਦੇ ਹਨ, ਅਗਲਿਆਂ ਵਿਚ ਦੀ ਵੀ ਲੰਘਦੇ ਨੇ, ਸੁੱਟਦੇ ਨੇ ਗੁਰੂ ਜੀ ਦੇ ਤੀਰ। ਇੱਕ ਪ੍ਰਹਾਰ ਅਨੇਕ ਸੰਘਾਰਤ, ਕੋਈ ਤੀਰ ਦੇ ਨਾਲ ਸਤਿਗੁਰੂ ਜੀ ਨੇਕਾਂ ਨੂੰ ਪ੍ਰਹਾਰ ਅਨੇਕਾਂ ਨੂੰ ਮਾਰਦੇ ਹਨ। ਯੋ ਸਾਰ ਮਾਰਤ ਸ਼ਤਰੂ ਨਵੇਰੇ, ਇਸ ਤਰ੍ਹਾਂ ਨਵੇੜਦੇ ਹਨ ਸਤਿਗੁਰੂ ਜੀ ਦੁਸ਼ਮਣਾਂ ਨੂੰ। ਸੂਰਨ ਕੋ ਆਰ ਕੋਰਨ ਕੋ, ਸਾਹਮਣੇ ਕੋਈ ਸੂਰਮਾ ਹੈ ਚਾਹੇ ਘੋੜਾ ਹੈ, ਲਗ ਕਾਵ ਮਾਰੇ ਜੋ ਲਗੇ ਤਿੰਨ ਢੇਰੇ, ਜਿਨ੍ਹਾਂ ਨੇ
ਤੇ ਲੱਗ ਗਿਆ ਉਹ ਬਚਦਾ ਨਹੀਂ ਹੈ, ਢੇਰ ਲਾ ਦਿੰਦੇ ਨੇ ਸਤਿਗੁਰੂ ਜੀ। ਇੱਕ ਕਾ ਰਾਹਤ ਚਾਹਤ ਹੈ ਜਲ, ਇੱਕ ਗਲਾਉਂਦੇ ਹਨ, ਤੜਪਦੇ ਹਨ, ਮੰਗਦੇ ਨੇ ਪਾਣੀ। ਇੱਕ ਦਲਿਹਿਆ ਪਾਇਨ ਕੇਰੇ, ਜ਼ਖਮੀ ਹੋਏ ਘੋੜਿਆਂ ਦੇ ਥੱਲੇ ਹੀ ਦਰੜੇ ਜਾਂਦੇ ਹਨ, ਕਿਹੜੀ ਮਾਂ ਉੱਥੇ ਪਾਣੀ ਪਿਆਉਂਦੀ ਮੈਦਾਨੇ ਜੰਗ। ਆਉਂਦੇ ਪਾਰੇ ਇੱਕ ਦਾਬੇ ਤਾਰੇ, ਇੱਕ ਪੁੱਠੇ ਡਿੱਗੇ ਹੋਏ ਹਨ, ਉੱਥੇ ਹੀ ਦੱਬੇ ਜਾਂਦੇ ਜਿਉਂਦੇ ਤਿਉਂ। ਇੱਕ ਹਾਂਕ ਹਕਾਰਤ ਦੀਰਗ ਟੇਰੇ, ਇੱਕ ਵੇਖਦੇ ਹਨ, ਹਾਕਾਂ ਮਾਰਦੇ ਹਨ ਆਪਣੇ ਆਪ ਨੂੰ ਬਚਾਉਣ ਦੇ ਲਈ। ਯੋਂ ਖਪਰੇ ਗੁਰ ਕੇਰ ਚੱਲੇ, ਇਸ ਤਰ੍ਹਾਂ ਜਦੋਂ ਸਤਿਗੁਰਾਂ ਜੀ ਦੇ ਖਪਰੇ ਤੀਰ ਚੱਲੇ ਦੁਸ਼ਮਣ ਵੱਲ, ਪੱਟ ਮਾਰ ਕੈ ਪਰ ਪਰੇ ਗਨ ਤੇ, ਬਹੁਤ ਸਾਰਿਆਂ ਦੇ ਵਿੱਚ ਦੀ ਤੀਰ ਸਤਿਗੁਰਾਂ ਜੀ ਨੇ ਕੱਢੇ, ਮਰੇ ਪਏ ਨੇ ਸੂਰਮੇ ਤੁਰਕਾਂ ਦੇ। ਸ਼੍ਰੀ ਕਰਤਾਰ ਪੂਰੇ ਡਿੱਗ ਕੋ, ਕਰਤਾਰਪੁਰੇ ਦੇ ਕੋਲ ਨੈ ਆਵਨ ਦੀਨ ਰਿਸੇ ਮਨ ਤੇ, ਜਿਨ੍ਹਾਂ ਨੇ ਇੱਛਾ ਕੀਤੀ ਸੀ ਵੀ ਕਰਤਾਰਪੁਰ ਦੇ ਵਿੱਚ ਗੁਰੂ ਨੂੰ ਪਕੜਾਂਗੇ, ਕਰਤਾਰਪੁਰ ਲੁੱਟਾਂਗੇ, ਕਿਸੇ ਨੂੰ ਵੀ ਸਤਿਗੁਰਾਂ ਜੀ ਨੇ ਨੇੜੇ ਨਹੀਂ ਆਉਣ ਦਿੰਦਾ, ਅੰਦਰ ਨਹੀਂ ਵੜਨ ਦਿੱਤਾ। ਰੋਕ ਲੀਏ ਜਿਮ ਹੋਤ ਨਦੀ ਵੱਧ, ਜਿਵੇਂ ਕਹਿੰਦੇ ਹਨ ਵੀ ਬਹੁਤ ਵੱਡਾ ਹੜ੍ਹ ਆਇਆ ਹੋਵੇ ਨਦੀ ਦੇ ਵਿੱਚ ਤੇ ਉਹਨੂੰ ਰੋਕਣ ਦੇ ਲਈ ਪਹਾੜ ਹੁੰਦਾ। ਸੈਲ ਆਰੇ ਠਹਿਰੇ ਤਿੰਨ ਤੇ, ਇਸ ਤਰ੍ਹਾਂ ਸਤਿਗੁਰਾਂ ਜੀ ਦੀ ਸੈਨਾ ਜਿਹੜੀ ਉਹ ਪਹਾੜ ਦੀ ਨਿਆਈ ਹੈ, ਜੋ ਚੜ੍ਹ ਕੇ ਆਏ ਦੁਸ਼ਮਣਾਂ ਨੂੰ ਰੋਕ ਲੈਂਦੀ ਹੈ। ਕਾਵ ਲਾਗੇ ਗਿਰ ਤੇ ਪਰ ਤੇ, ਜਦੋਂ ਜ਼ਖਮ ਲੱਗਦਾ ਹੈ ਤੇ ਨਾਲ ਦੀ ਨਾਲ ਡਿੱਗਦੇ ਹਨ ਘੋੜੇ ਤੋਂ। ਉਰ ਤੇ ਤ੍ਰਿਤ ਕੋਹਰ ਤੇ ਤਨ ਤੇ, ਕਿੱਥੇ ਜਿੱਥੇ ਵੀ ਤੀਰ ਲੱਗਦਾ ਹੈ ਉੱਥੋਂ ਸਰੀਰ ਦੇ ਵਿੱਚੋਂ ਨਿਕਲਦਾ ਖੂਨ। ਹਾਂ ਪੁੱਤ ਬੇਤਾਬ ਕ੍ਰੋਧ ਕਰਿਓ, ਇਸ ਤਰ੍ਹਾਂ ਸਤਿਗੁਰਾਂ ਜੀ ਨੇ ਦੁਸ਼ਮਣ ਨੂੰ ਰੋਕਣਾ ਕੀਤਾ ਵੀਰ ਰਸ ਦੇ ਵਿੱਚ ਆ ਕੇ। ਪਿਖ ਪ੍ਰੇਰ ਤੋਂ ਰੰਗ ਪਾਇਓ ਸਮੂਹਾਈ, ਸਾਹਮਣੇ ਤੁਰ ਪੈਂਦੇ ਹਨ ਸਤਿਗੁਰੂ ਜੀ ਘੋੜੇ ਨੂੰ ਲੈ ਕੇ। ਸ਼੍ਰੀ ਗੌਰ ਹੈ ਜਿਸ ਥਾਨ ਥੀਰੇ, ਜਿਸ ਥਾਨ ਦੇ ਉੱਤੇ ਸਤਿਗੁਰੂ ਜੀ ਜਾ ਕੇ ਰੁਕਦੇ ਹਨ। ਬਹੁ ਬਾਨ ਪ੍ਰਹਾਰਤ ਸੂਰਨ ਕਾਈ, ਉੱਥੋਂ ਹੀ ਸਤਿਗੁਰੂ ਜੀ ਸੂਰਮਿਆਂ ਦਾ ਨਾਸ ਕਰਦੇ ਹਨ ਜਿੱਥੇ ਵੀ ਖੜ ਗਏ। ਆਨ ਮਰੇ ਹੋ ਲਲਕਾਰ ਪਰੇ ਹੋ, ਫਿਰ ਸਾਰੇ ਲਲਕਾਰਾਂ ਮਾਰ ਕੇ ਗੁਰੂ ਜੀ ਦੇ ਨਾਲ ਸਿੱਖ ਪੈ ਜਾਂਦੇ ਹਨ ਤੁਰਕਾਂ ਤੇ। ਉਚਰਿਓ ਆਪ ਠੰਡ ਰਹੋ ਅਗਵਾਈ, ਸਤਿਗੁਰਾਂ ਜੀ ਨੂੰ ਵੱਧ ਕੇ ਆਉਂਦਿਆਂ ਹੋਇਆਂ ਵੇਖ ਕੇ ਲਲਕਾਰਾਂ ਮਾਰਿਆ ਦੁਸ਼ਮਣ ਨੇ, ਖੜੋ ਇੱਥੇ ਹੀ। ਯੋਂ ਕਹਿ ਤੀਰ ਨਿਕਾਰਤ ਵੀਰ, ਸੂਰਮੇ ਇਸ ਤਰ੍ਹਾਂ ਕਹਿ ਕੇ ਤੀਰ ਕੱਢਦੇ ਹਨ, ਸਾਹਮਣੇ ਵਾਲੇ ਨੂੰ ਵੰਗਾਰਦੇ ਹਨ। ਅਤੀਰਜ ਚਾਪ ਕੋ ਐਂਚ ਚਲਾਈ, ਬਹੁਤ ਵੀਰ ਰਸਤੇ ਵਿੱਚ ਖਿੱਚ ਕੇ ਤੀਰ ਨੂੰ ਫਿਰ ਚਲਾਉਂਦੇ ਨੇ। ਤਾਹੀ ਬਚਾਏ ਗੁਰੂ ਕਰ ਤੂਰਨ, ਜਿਹੜਾ ਤੀਰ ਅੱਗੋਂ ਆਇਆ ਉਸ ਤੋਂ ਸਤਿਗੁਰੂ ਜੀ ਆਪਣੇ ਆਪ ਨੂੰ ਬਚਾਉਂਦੇ ਹਨ। ਤੀਰ ਨਿਖਗ ਤੇ ਭੀਮ ਨਿਕਾਰਾ, ਜਵਾਰ ਖਾਲੀ
ਲਿਗਿਆ ਦੁਸ਼ਮਣ ਦਾ ਫਿਰ ਆਪਣਾ ਤੀਰ ਕੱਢਦੇ ਹਨ। ਜਿਉਂ ਹਿਆ ਪ੍ਰੇਰਿਤ ਅਗਰ ਕੋ ਦਾਵਤ, ਘੋੜੇ ਨੂੰ ਅੱਗੇ ਚਲਾਉਂਦੇ ਹਨ, ਤੋਰਦੇ ਹਨ। ਸੰਦ ਕੋ ਦੰਡ ਮੈਂ ਇੰਚਤ ਮਾਰਾ, ਰੱਖ ਕੇ ਸਤਿਗੁਰਾਂ ਜੀ ਨੇ ਤੀਰ ਫਿਰ ਖਿੱਚ ਕੇ ਚਲਾਉਣਾ ਕੀਤਾ। ਲਾਗ ਗਏ ਉਰ ਮੈਂ ਪ੍ਰਵਸ਼ੋ, ਉਸ ਵਕਤ ਜਿਹੜਾ ਘੋੜਾ ਸਾਹਮਣੇ ਕੁਤਬੇ ਦਾ ਉਹ ਖੜਾ ਹੋ ਜਾਂਦਾ ਤੇ ਉਹਦੇ ਤੀਰ ਲੱਗਦਾ ਛਾਤੀ ਦੇ ਵਿੱਚ। ਬਰਮੀ ਜੀ ਮਾਰ ਪਰੇ ਉਹ ਤਿਮ ਮਾਰਾ, ਜਿਵੇਂ ਸੱਪ ਕੁੱਡ ਦੇ ਵਿੱਚ ਵੜਦਾ ਹੁੰਦਾ ਇਸ ਤਰ੍ਹਾਂ ਤੀਰ ਘੋੜੇ ਦੀ ਛਾਤੀ ਦੇ ਵਿੱਚ ਜਾ ਲੱਗਦਾ। ਵੇਗ ਤੇ ਬੀਤ ਤੋਰੰਗਮ ਕੋ, ਬੜੀ ਛੇਤੀ ਦੇ ਨਾਲ ਘੋੜੇ ਨੂੰ ਬਿੰਨਦਾ ਹੋਇਆ ਤੀਰ। ਤਤਕਾਲ ਪਿਛਾਰੀ ਦਿਸ਼ਾ ਪਰ ਪਾਰਾ, ਨਾਲ ਦੀ ਨਾਲ ਪਾਰ ਹੋ ਜਾਂਦਾ ਹੈ। ਜਿਉਂ ਜਲ ਬੇਗ ਤੇ ਕੂਲ ਗਿਰੇ, ਜਿਵੇਂ ਕਹਿੰਦੇ ਹਨ ਬਹੁਤੇ ਤੇਜ ਪਾਣੀ ਦੇ ਨਾਲ ਕਿਨਾਰੇ ਡਿੱਗਦੇ ਹਨ। ਤਿਮ ਬਾਜ ਪਰੇ ਹੋ ਕੁਤਬੇ ਤਬ ਛੋਰਾ, ਇਸ ਤਰ੍ਹਾਂ ਕੁਤਬ ਖਾਨ ਦਾ ਜਿਹੜਾ ਘੋੜਾ ਹੈ ਉਹ ਡਿੱਗ ਪੈਂਦਾ ਹੈ, ਛੱਡਤਾ ਉਹਨੇ ਨਾਲ ਦੀ ਨਾਲ। ਸਮੁਖ ਸ਼੍ਰੀ ਹਰਗੋਬਿੰਦ ਕੇ ਤਬ ਧਾਏ, ਫਿਰ ਦੌੜਿਆ ਆਉਂਦਾ ਸਤਿਗੁਰਾਂ ਜੀ ਦੇ ਸਾਹਮਣੇ ਵੱਲ। ਪਰੇ ਉਹ ਕਹਿ ਹੈ ਕੇ ਖੱਗ ਕੋਰਾ, ਉਹਨੇ ਕਿਹਾ ਵੀ ਇਹਨੇ ਗੁਰੂ ਨੇ ਮੈਨੂੰ ਘੋੜਾ ਮਾਰਿਆ, ਹੁਣ ਗੁਰੂ ਦੇ ਘੋੜੇ ਨੂੰ ਪਕੜਾਂ ਸੁੱਟਾਂ ਗੁਰੂ ਨੂੰ ਥੱਲੇ ਇਸੇ ਤਰ੍ਹਾਂ ਹੈ। ਆਨ ਪ੍ਰਹਾਰ ਕਰੇ ਉਹ ਆ ਕੇ, ਜਦੋਂ ਉਹਨੇ ਆ ਕੇ ਅੱਗੋਂ ਵਾਰ ਕਰਨਾ ਕੀਤਾ, ਮੁਕਲੀਨ ਬਚਾਏ ਲੱਗਿਓ ਕੁਛ ਥੋੜਾ, ਸਤਿਗੁਰਾਂ ਜੀ ਨੇ ਲਗਾਮ ਖਿੱਚੀ, ਘੋੜੇ ਨੇ ਮੂੰਹ ਘੁਮਾਇਆ ਤੇ ਥੋੜਾ ਜਿਹਾ ਛੂ ਜਾਂਦਾ ਤੀਰ। ਆਪ ਗੁਰੂ ਤਬ ਐਂਚ ਕੇ ਮਿਆਨ ਤੇ, ਜਦੋਂ ਫਿਰ ਸਤਿਗੁਰਾਂ ਜੀ ਨੇ ਵੇਖਿਆ ਵੀ ਹੁਣ ਇਹ ਥੱਲੇ ਹੈ, ਗੁਰੂ ਜੀ ਨੇ ਆਪਣੇ ਬਿਆਨ ਦੇ ਵਿੱਚੋਂ ਤੇਗਾ ਕੱਢਣਾ ਕੀਤਾ। ਵੇਗ ਸਮੇਤ ਚਲਾਏ ਸੋ ਜੋਰਾ, ਨਾਲ ਦੀ ਨਾਲ ਸਤਿਗੁਰਾਂ ਜੀ ਨੇ ਪੂਰੇ ਬਲ ਦੇ ਨਾਲ ਚਲਾ ਦਿੱਤਾ। ਭਾਵ ਕੇ ਦਾਵ ਬਚਾਵਨ ਕਾਰਨ, ਕੋਸ਼ਿਸ਼ ਕਰਦਾ ਦਾਪੇ ਚ ਚਲਾਉਂਦਾ ਆਪਣਾ ਬਚਣ ਦੇ ਲਈ। ਇਨ ਅਨੇਕ ਪੈਨਾ ਹੀ ਬਚਿਓ, ਪਰ ਨਹੀਂ ਬਚ ਸਕਿਆ। ਗਰੀਬ ਪੈ ਲਾਗ ਗਏ ਖੱਗ ਭੀਖਣ, ਸਤਿਗੁਰਾਂ ਜੀ ਦਾ ਤਿੱਖਾ ਤੇਗਾ ਉਹਦੀ ਗਰਦਨ ਤੱਕ ਪਹੁੰਚ ਜਾਂਦਾ ਹੈ। ਤੀਖਣ ਤਾਰ ਵਿਸਾਲ ਤਚਿਓ, ਭਾਰੀ ਵੀ ਹੈ ਤੇ ਤਿੱਖਾ ਵੀ ਹੈ ਤੇਗਾ। ਦੂਰ ਕਰੇ ਹੋ ਸਿਰ ਕੋ ਤਤ ਕਾਲ, ਤੇਗਾ ਲੱਗਣ ਦੇ ਨਾਲ ਹੀ ਕੁਤਬੇ ਦਾ ਜਿਹੜਾ ਸਿਰ ਹੈ ਉਹ ਧੜ ਤੋਂ ਵੱਖਰਾ ਹੋ ਜਾਂਦਾ ਹੈ। ਰਹੋ ਤਾਰ ਪੈ ਤਾਰ ਭੀਖ ਨਚਿਓ, ਰੁੜ ਜੁੜ ਜਾਂਦਾ ਹੈ ਤੇ ਕੁਝ ਸਮਾਂ ਧੜ ਜਿਹੜਾ ਉਹਦਾ ਨੱਚਦਾ ਹੈ। ਫੇਰ ਗਿਰਿਓ ਕੱਟ ਜਿਉਂ ਕਦਲੀ, ਉਸ ਵਕਤ ਫਿਰ ਡਿੱਗ ਪੈਂਦਾ ਕੁਤਬਾ ਧਰਤੀ ਤੇ। ਪਰ ਸ਼੍ਰੋਣਤ ਤੂਲ ਕੇ ਸੰਗ ਰਚਿਓ, ਜਿਵੇਂ ਕਹਿੰਦੇ ਕੇਲੇ ਦਾ ਦਰਖਤ ਕੱਟਿਆ ਡਿੱਗ ਪੈਂਦਾ ਰਚ ਗਿਆ ਖੂਨ ਦੇ ਵਿੱਚ। ਹਾਂ ਕੁਤਬਾ ਜਬ ਮਾਰ ਲਿਓ, ਜਦੋਂ ਸਤਿਗੁਰਾਂ ਜੀ ਨੇ ਕੁਤਬ ਖਾਨ ਨੂੰ ਮਾਰ ਲਿਆ,
ਜਿਸ ਤੀਰ ਕੇ ਪੀਰ ਪਾਰੇ ਆਰ ਰਾਈ। ਫਿਰ ਉਹਦੇ ਜਿਹੜੇ ਸੂਰਮੇ ਹਨ ਉਹ ਅੱਗੇ ਵੱਧਦੇ ਹਨ ਗੁੱਸੇ ਦੇ ਵਿੱਚ, ਬ੍ਰਿੰਦ ਵੀ ਲੋਕ ਤਾਪੇ ਬੀਤੀਆ। ਜਦੋਂ ਦੇਖੇ ਵੀ ਬਹੁਤ ਸਾਰੇ ਦੁਸ਼ਮਣ ਸਤਿਗੁਰੂ ਜੀ ਵੱਲ ਵੱਧ ਕੇ ਆਏ ਨੇ, ਭਾਈ ਵਿਧੀ ਚੰਦ ਵੇਖਦਾ ਪਟ ਸੰਗ ਲੀਏ ਬਹੁ ਮਾਰ ਮਚਾਈ। ਆਪਣੇ ਜਥੇ ਨੂੰ ਲੈ ਕੇ ਫਿਰ ਭਾਈ ਵਿਧੀ ਚੰਦ ਪੈ ਜਾਂਦਾ, ਤੁਰਕਾਂ ਦਾ ਨਾਸ ਕਰਦਾ। ਪਾਵਕ ਮਾਏ ਪਤੰਗ ਪਾਰੇ ਜਿਮ, ਜਿਵੇਂ ਕਹਿੰਦੇ ਹਨ ਵੀ ਅੱਗ ਦੇ ਵਿੱਚ ਪਤੰਗੇ ਆਪਣੇ ਆਪ ਹੀ ਆ ਕੇ ਡਿੱਗੀ ਜਾਂਦੇ ਹਨ। ਧਾਵਤ ਆਨ ਪਾਰੇ ਸਮੁਦਾਇ, ਇਸ ਤਰ੍ਹਾਂ ਜਿਤਨੇ ਵੀ ਤੁਰਕ ਆਏ ਉਹ ਸਾਰਿਆਂ ਨੂੰ ਖਪਾ ਦਿੱਤਾ। ਤੀਰ ਤੋਂ ਪੰਗਨ ਤੋਂ ਮਰਤੇ, ਉੱਥੇ ਤੀਰ ਚੱਲਦੇ ਹਨ, ਬੰਦੂਕਾਂ ਚੱਲਦੀਆਂ ਨੇ, ਬਰਛੇ ਚੱਲਦੇ ਹਨ, ਤਰਵਾਰਨ ਤੇ ਖਾਰ ਸੰਗ ਤਸਾਈ, ਉੱਥੇ ਤਲਵਾਰਾਂ ਚੱਲਦੀਆਂ ਹਨ, ਤਿੱਖੇ ਬਰਛੇ ਸਰੀਰਾਂ ਚ ਗੱਡਦੇ ਹਨ। ਮੇਲਤ ਹੇਲਤ ਕੇਲਤ ਪੇਲ, ਇਸ ਤਰ੍ਹਾਂ ਜਿਹੜੇ ਹੱਲਾ ਕਰਕੇ ਆਏ ਉਹਨਾਂ ਨੂੰ ਪਿੱਛੇ ਧੱਕ ਕੇ ਲਿਜਾਂਦੇ ਹਨ। ਮਨੋ ਮਿਲ ਖੇਲਤ ਬਾਲਕ ਬ੍ਰਿੰਦਾ, ਮਾਨੋ ਕਿਤੇ ਬੱਚੇ ਖੇਡ ਖੇਡਦੇ ਹੋਣ ਇਕੱਠੇ ਹੋ ਕੇ ਬਹੁਤੇ। ਚੀਰ ਸਰੀਰ ਲਾਉ ਸੰਗ ਪੀਜਤ, ਸਾਰਿਆਂ ਦੇ ਚੀਰੇ ਕੱਪੜੇ ਭਿੱਜੇ ਹਨ ਖੂਨ ਦੇ ਨਾਲ। ਲੈ ਕਰ ਆਯੁਤ ਸ਼ਤਰੂ ਨਿਕੰਦਾ, ਇਸ ਤਰ੍ਹਾਂ ਲੈ ਕੇ ਸੋ ਦੁਸ਼ਮਣਾਂ ਨੂੰ ਕੱਟਦੇ ਹਨ। ਜੁੰਬਕ ਜੋਗਨ ਬਾਇਸ ਕੂਕਰ, ਜੁੰਬਕ ਗਿੱਦੜ ਹਨ ਤੇ ਹੋਰ ਜਿਹੜੇ ਮਾਸ ਖਾਣ ਵਾਲੇ ਜਾਨਵਰ ਹਨ। ਪਾ ਮਨ ਪਾਏ ਪਿਲੰਦ ਆਨੰਦਾ, ਉਹਨਾਂ ਦੇ ਮਨ ਭਾਉਂਦਾ ਉਹਨਾਂ ਨੂੰ ਮਾਸ ਮਿਲ ਰਿਹਾ, ਉਹ ਖੁਸ਼ ਹੁੰਦੇ ਨੇ ਜਾਨਵਰ। ਆਮਿਖ ਖਾਏ ਆਘਾਏ ਰਹੇ ਗਨ, ਮਾਸ ਖਾ ਖਾ ਕੇ ਘੋੜਿਆਂ ਦਾ ਸੂਰਮਿਆਂ ਦਾ ਰੱਜ ਰਹੇ ਹਨ। ਸ਼੍ਰੋਣਤ ਪੀਵਤ ਹੋਤ ਸੁਛੰਦਾ, ਖੂਨ ਪੈਰ ਪੀ ਰਹੇ ਹਨ ਆਪਣੀ ਆਪਣੀ ਇੱਛਾ ਦੇ ਮੁਤਾਬਕ ਰੱਜ ਕੇ। ਕੋ ਲਗ ਮੈਂ ਬਰ ਨੋ ਬਹੁ ਪਾਤਨ, ਕਿੱਥੋਂ ਤੱਕ ਵਰਣਨ ਕਰੀਏ ਇਸ ਜੰਗ ਨੂੰ। ਜੋ ਤੋਰ ਕਾਨ ਕੋ ਮਾਰ ਨਿਬੇਰਾ, ਜਿਵੇਂ ਸਤਿਗੁਰਾਂ ਜੀ ਨੇ ਤੁਰਕਾਂ ਦਾ ਨਿਬੇੜਾ ਕਰਨਾ ਕੀਤਾ। ਭੂਮ ਦੜਾ ਦੜ ਵੀਰ ਗਿਰੇ, ਦੜਾ ਦੜ ਘੋੜਿਆਂ ਘੋੜਿਆਂ ਤੋਂ ਡਿੱਗਦੇ ਹਨ ਲੜਨ ਵਾਲੇ ਸੂਰਮੇ। ਤਜ ਪ੍ਰਾਨ ਪਾਰੇ ਨਾ ਉੱਠੇ ਗਨ ਫੇਰਾ, ਪ੍ਰਾਨ ਛੱਡ ਕੇ ਡਿੱਗ ਪੈਂਦੇ ਫੇਰ ਨੀ ਕੋਈ ਉੱਠਦਾ। ਦਾਰੁਨ ਥਾਨ ਪਾਇਓ ਚਾਹੁ ਓਰਨ, ਚਾਰੇ ਪਾਸੇ ਬੜਾ ਭਿਆਨਕ ਡਰਾਉਣਾ ਨਕਸ਼ਾ ਬਣਿਆ ਹੋਇਆ, ਲਾਸ਼ਾਂ ਹੀ ਲਾਸ਼ਾਂ ਪਈਆਂ ਹਨ, ਘੋੜੇ ਮਰੇ ਹੋਏ ਪਏ ਨੇ। ਵੇਰਤ ਪੀਰ ਕੋ ਤਰਾਸ ਕਨੇਰਾ, ਕਮਜ਼ੋਰ ਦਿਲ ਹਨ ਕਹਿੰਦੇ ਉਹ ਤਾਂ ਵੇਖ ਹੀ ਨੀ ਸਕਦੇ, ਉਹਨਾਂ ਦੀ ਤਾਂ ਧੜਕਣ ਵੱਧ ਜਾਂਦੀ ਹੈ ਵੇਖ ਕੇ। ਖੰਡਨ ਤੁੰਡਨ ਮੁੰਡਨ ਕੋ, ਟੁਕੜੇ ਟੁਕੜੇ ਹੋਏ ਪਏ ਨੇ, ਕਿਤੇ ਬਾਹਾਂ ਪਈਆਂ ਨੇ, ਕਿਤੇ ਸਰ ਸਿਰ, ਕਿਤੇ ਧੜ, ਕਿਤੇ ਲੱਤਾਂ। ਪਟ ਚੁੰਡਨ ਰੁੰਡਨ ਕਾਟ ਸੋ ਗੇਰਾ, ਜਿਹੜੇ ਕੱਟ ਕੱਟ ਕੇ ਸੁੱਟੇ ਹੋਏ ਹਨ ਸਿਰ ਵੱਖਰੇ ਕਰਕੇ ਧੜਾਂ ਤੋਂ। ਦੋਹ
ਪਟਕਨੇ ਹਨੇ ਤੁਰਕ ਸਮੁਦਾਏ। ਸਤਿਗੁਰਾਂ ਜੀ ਦੇ ਸੂਰਮੇ ਤਾਂ ਘੱਟ ਹੀ ਨੇ, ਪਰ ਤੁਰਕ ਨੇੜੇ ਲਾ ਦਿੱਤੇ ਹਨ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ। ਅਵਨੀ ਲੱਗੇ ਅੰਬਾਰ ਪੋ ਹੇਰਤ ਈ ਹੈਰਾਏ। ਧਰਤੀ ਦੇ ਉੱਤੇ ਢੇਰ ਲੱਗੇ ਪਏ ਹਨ ਲਾਸ਼ਾਂ ਦੇ, ਘੋੜਿਆਂ ਦੇ, ਜਿਨ੍ਹਾਂ ਨੂੰ ਵੇਖ ਕੇ ਦਿਲ ਦਹਿਲ ਜਾਂਦਾ। ਕਾਲੇ ਖਾਂ ਕੁਛ ਪਟਨ ਸੋ ਰਹਿਓ ਸ਼ੇਸ਼ ਤਿਸ ਬਾਰ। ਥੋੜੇ ਜਿਹੇ ਸੂਰਮਿਆਂ ਦੇ ਸਮੇਤ ਕਾਲੇ ਖਾਂ ਬਚਿਆ ਹੋਇਆ। ਜੀਤ ਆਸ ਕੋ ਛੋੜ ਕੇ ਮਾਰਨ ਮਰਨੋ ਧਾਰ। ਉਹਨਾਂ ਨੇ ਜਿੱਤ ਦੀ ਆਸ ਛੱਡ ਦਿੱਤੀ ਹੈ ਤੇ ਆਪ ਮਰਨ ਮਾਰਨ ਦੇ ਲਈ ਤਿਆਰ ਹੋ ਗਿਆ। ਦੋਹਰਾ ਸੂਰ ਹਜ਼ਾਰਨ ਬਚੇ ਜਬ ਕਾਲੇ ਖਾਨ ਵਿਚਾਰ। 99,000 ਦਾ ਨਵੇੜਾ ਹੋ ਚੁੱਕਿਆ ਹੈ ਤੇ 1,000 ਇੱਕ ਬੰਦਾ ਬਚਿਆ ਹੋਇਆ ਹੈ, ਦੇਖਦਾ ਉਹਨਾਂ ਨੂੰ ਕਾਲੇ ਖਾਨ। ਲਰੋ ਆਪ ਗੁਰ ਸੰਗ ਮੈਂ ਮਰੋ ਕੇ ਲੈ ਹੋ ਮਾਰ। ਕੁਤਬ ਖਾਂ ਆਖਰੀ ਜਰਨੈਲ ਸੀ ਦਾ ਲੜਨ ਵਾਲਾ, ਉਹ ਮਾਰਿਆ ਜਾ ਚੁੱਕਿਆ ਹੈ ਤੇ ਹੁਣ ਕਿਸੇ ਨੂੰ ਇਹ ਅੱਗੇ ਭੇਜਣ ਵਾਸਤੇ ਇਹਦੇ ਕੋਲ ਬੰਦਾ ਨਹੀਂ ਹੈ, ਇਸ ਲਈ ਇਹਨੇ ਹੁਣ ਆਪਣਾ ਬਨ ਬਣਾਇਆ ਵੀ ਹੁਣ ਤੇ ਤੈਨੂੰ ਹੀ ਅੱਗੇ ਹੋ ਕੇ ਲੜਨਾ ਪੈਣਾ। ਉਹ ਜੰਗ ਪ੍ਰਿਆਦ ਚੰਦ ਜੇ ਪੀਰ ਜੇਤੇ ਪਾਏ ਇੱਕ ਥਾਈ। ਜਿੰਨੇ ਕ ਬਚੇ ਹੋਏ ਹਨ ਉਹਨਾਂ ਨੂੰ ਇਸ਼ਾਰੇ ਦੇ ਨਾਲ ਇੱਕ ਥਾਂ ਤੇ ਬੁਲਾਉਂਦਾ ਇਕੱਠੇ ਕਰਦਾ। ਰਿਦੇ ਤੀਰ ਖੋਈ ਪਿਖੇ ਤੇ ਲੜਾਈ। ਲੜਾਈ ਨੂੰ ਸਾਹਮਣੇ ਵੇਖ ਕੇ ਲਾਸ਼ਾਂ ਨੂੰ ਵੇਖ ਕੇ ਧੀਰਜ ਖੋ ਬੈਠਿਆ ਆਪਣਾ। ਨਹੀਂ ਦੇਰ ਲਾਗੀ ਇਤੇ ਸੈਨ ਝਾੜੀ। ਕਹਿੰਦਾ ਦੇਰ ਨੀ ਲੱਗੀ ਵੀ ਇੰਨੀ ਸੈਨਾ ਕਿਵੇਂ ਝਾੜ ਦਿੱਤੀ, ਕਿਵੇਂ ਮਾਰ ਦਿੱਤੀ। ਹਨੀ ਆਨ ਕੋਨੇ ਨਹੀਂ ਜਾਏ ਬੂਜੀ। ਸਮਝ ਨੀ ਆਉਂਦੀ ਵੀ ਇੰਨੀ ਸੈਨਾ ਨੂੰ ਕੌਣ ਮਾਰ ਗਿਆ ਇੰਨੇ ਕ ਸਮੇਂ ਦੇ ਵਿੱਚ। ਉਡੇ ਗ੍ਰਿਧ ਬਿਪਰੰਗ ਰੜੇ ਕੰਕ ਬੰਕੰ। ਕਹਿਣ ਲੱਗੇ ਵੀ ਉੱਥੇ ਤੁਰੇ ਫਿਰਦੇ ਹਨ ਕਾਂ ਆਦਿਕ, ਕਿਲਾਂ ਆਦਿਕ। ਪਖੇ ਮਾਸ ਗੁਮਾਇਆ ਦੇਖੇ ਆਤੰਕੰ। ਹੁਣ ਉੱਥੇ ਲਾਸ਼ਾਂ ਦਿਖਾਈ ਦਿੰਦੀਆਂ, ਸੂਰਮਾ ਤੇ ਕੋਈ ਲੜਨ ਵਾਲਾ ਖੜਿਆ ਦਿਖਾਈ ਨੀ ਦਿੰਦਾ, ਘੋੜਾ ਨੀ ਦਿਖਾਈ ਦਿੰਦਾ। ਹੁਣ ਤੇ ਆਹੀ ਕੁਝ ਸਾਹਮਣੇ ਦਿਖਾਈ ਦੇ ਰਿਹਾ ਕਿ ਮਾਸ ਖਾਣੇ ਜਾਨਵਰ ਪੰਛੀ ਜਿਹੜੇ ਹਨ ਉਹੀ ਨਜ਼ਰ ਆਉਂਦੇ ਹਨ ਲਾਸ਼ਾਂ ਤੇ। ਸੇਵਾ ਉੱਚ ਟੇਰੇ ਮਿਲੇ ਸਵਾਨ ਭੌਂਕੇ ਹੋ ਕੇ ਮਾਸ ਖਾ ਰਹੇ ਨੇ, ਭੌਂਕਦੇ ਹਨ, ਗਿਦੜੀਆਂ ਕੂਕਦੀਆਂ ਨੇ। ਕਿਤੇ ਕਾਏ ਖਾਏ ਸੁਨੇ ਨਾਦ ਚੌਂਕੇ। ਬਸ ਹੁਣ ਕੋਈ ਮਾਰ ਲਓ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ, ਹੁਣ ਤੇ ਇਹਨਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜਾਨਵਰਾਂ ਦੇ। ਮੁਖੰਬੇ ਮਾਲੀ ਨੰਗ ਨਾਈ ਜੰਗ ਚਾਏ। ਹੁਣ ਜਿਹੜੇ ਬਚੇ ਹੋਏ ਨੇ ਉਹ ਹੁਣ ਲੜਨਾ ਨਹੀਂ ਚਾਹੁੰਦੇ,
ਕਿਉਂਕਿ ਸਾਹਮਣੇ ਮੌਤ ਹੀ ਹੈ ਤੇ ਮੌਤ ਨੂੰ ਵੇਖ ਕੇ ਦਹਿਲ ਗਏ। ਸਭ ਦੇ ਚਿਹਰੇ ਉਤਰੇ ਹੋਏ ਹਨ, ਅੱਖ ਨਹੀਂ ਮਿਲਾ ਰਹੇ ਹੁਣ ਕਾਲੇ ਖਾਨ ਦੇ ਨਾਲ ਵੀ, ਕਿਤੇ ਮੈਨੂੰ ਨਾ ਕਹਿੰਦੇ ਜਾਣ ਵਾਸਤੇ ਕਿਹਨੂੰ ਭੇਜੇਗਾ ਇਹ। ਸਭ ਨੀਵੀਆਂ ਪਾਈ ਬੈਠੇ ਹਨ। ਲਰੇ ਜੋ ਆਪੇ ਜੀਵ ਤੋ ਕੌਣ ਜਾਏ, ਵੀ ਜਿਹੜੇ ਅੱਗੇ ਗਏ ਲੜੇ ਉਹਨਾਂ ਵਿੱਚੋਂ ਕੋਈ ਬਚਿਆ ਤਾਂ ਹੈ ਨਹੀਂ, ਤੇ ਹੁਣ ਜਿਹੜਾ ਜਾਵੇਗਾ ਉਹ ਕਿਹੜੇ ਬਚ ਜੇਗਾ। ਕਉ ਖਾਨ ਕਾਲੇ ਦਿਸ਼ਾ ਕੋ ਵੀ ਲੋਕੇ, ਪਰ ਫਿਰ ਵੀ ਹੁਣ ਹੁਕਮ ਦੀ ਉਡੀਕ ਹਨ ਵੀ ਕਾਲੇ ਖਾਂ ਕਹਿੰਦਾ ਕੀ ਹੈ। ਲਰੇ ਨਾਹੀਂ ਕੈਸੇ ਕਹੋ ਕੌਣ ਰੋਕੇ, ਪਰ ਇਹ ਵੀ ਨਹੀਂ ਕੋਈ ਕਹਿ ਸਕਦਾ ਵੀ ਅਸੀਂ ਲੜਨਾ ਨਹੀਂ ਹੈ, ਇਹਨੂੰ ਵੀ ਨਹੀਂ ਕਹਿ ਸਕਦੇ ਵੀ ਤੂੰ ਲੜਨਾ ਰੋਕ ਨਹੀਂ ਸਕਦੇ। ਗੁਰੂ ਵੀ ਜੇਤੇ ਬਚੇ ਪ੍ਰਾਣ ਸੰਗਾ, ਸਤਿਗੁਰਾਂ ਜੀ ਦੇ ਜਿਹੜੇ ਸੂਰਮੇ ਬਚੇ ਹੋਏ ਨੇ ਪ੍ਰਾਣਾਂ ਦੇ ਸਮੇਤ ਹਨ। ਕਰੇ ਉਤ ਸਾਹੰ ਸੋ ਹੋਏ ਕਹਿ ਨਿਸੰਗਾ, ਉਹਨਾਂ ਦੇ ਅੰਦਰ ਉਤਸ਼ਾਹ ਵਧਿਆ ਹੋਇਆ ਵੀ ਜਿੱਥੇ 99,000 ਮਾਰਤਾ ਤੇ 1,000 ਨੂੰ ਕੀ ਲੱਗਦਾ, ਉਹ ਕਹਿੰਦੇ ਵੀ ਸਤਿਗੁਰੂ ਜੀ ਆਗਿਆ ਦਿਓ ਵੀ ਹੁਣੇ ਨਿਬੇੜ ਦੀਏ ਕੰਮ, ਰੁਕਣਾ ਕਾਹਨੂੰ ਹੈ। ਕਹੀਂ ਉੱਚ ਟੇਰੇ ਹਨ ਸ਼ਤਰੂ ਸਾਰੇ, ਉਹ ਦੁਸ਼ਮਣ ਨੂੰ ਸਾਹਮਣੇ ਦੇਖ ਕੇ ਵੰਗਾਰਦੇ ਹਨ ਵੀ ਛੇਤੀ ਆ ਜਾਓ। ਬਜੇ ਜੀਤ ਲੈ ਕੇ ਗੁਰੂ ਕੇ ਨਗਾਰੇ, ਸਤਿਗੁਰਾਂ ਜੀ ਦੇ ਜਿੱਤ ਦੇ ਨਗਾਰੇ ਵੱਜ ਰਹੇ ਹਨ। ਮਹਾ ਮੂੜ ਸ਼ਾਉ ਪਠੇ ਸੈਨ ਜੋ, ਕਹਿੰਦੇ ਇਸ ਬਾਦਸ਼ਾਹ ਵਰਗਾ ਕੋਈ ਮੂਰਖ ਬੰਦਾ ਹੀ ਨਹੀਂ ਵੇਖਿਆ ਵੀ ਬੰਦਾ ਇੱਕ ਵਾਰ ਦੋ ਵਾਰ ਤਿੰਨ ਵਾਰ ਸਮਝ ਜਾਂਦਾ, ਇਹਨੂੰ ਸਮਝ ਨਹੀਂ ਆਉਂਦੀ ਹੈ, ਫੇਰ ਵਾਰ ਵਾਰ ਭੇਜੀ ਜਾਂਦਾ ਸੈਨਾ। ਜੰਗੰ ਈਸ਼ ਸੰਗੰ ਚਾਏ ਪੁਰ ਹੋ, ਕਿਉਂਕਿ ਉਹ ਸਤਿਗੁਰਾਂ ਜੀ ਨੂੰ ਪਰਮੇਸ਼ਰ ਸਰੂਪ ਨਹੀਂ ਨਾ ਸਮਝਦਾ, ਉਹ ਤੇ ਇੱਕ ਆਮ ਮਨੁੱਖੀ ਸਮਝਦਾ ਗੁਰੂ ਨੂੰ, ਤੇ ਇਸੇ ਲਈ ਉਹ ਬਰਾਬਰੀ ਕਰਨਾ ਚਾਹੁੰਦਾ, ਜੇ ਸਮਝ ਆ ਜਾਵੇ ਫਿਰ ਛੱਡ ਦੇਵੇਗਾ ਇਹ ਕੰਮ। ਜਿਨੋਂ ਕੇ ਆਗਾਰੀ ਬਣੇ ਹੱਥ ਜੋੜੇ, ਉਹ ਸਤਿਗੁਰੂ ਜੀ ਪਰਮੇਸ਼ਰ ਸਰੂਪ ਜਿਨ੍ਹਾਂ ਦੇ ਅੱਗੇ ਹੱਥ ਹੀ ਜੋੜਦੇ ਬਣਦੇ ਹਨ। ਤਿਨੋ ਸਾਥ ਲੋਹਾ ਕਰੇ ਧਾਰ ਜੋੜੇ, ਉਹਨਾਂ ਦੇ ਨਾਲ ਲੋਹਾ ਖੜਕਾ ਕੇ ਜਿੱਤ ਚਾਹੁੰਦਾ। ਜਮੂ ਬ੍ਰਿੰਦ ਭੇਜੀ ਗਈ ਬਾਰ ਮਾਰੀ, ਹੁਣ ਤੇ ਨੇ ਆਪਣਾ ਪੂਰਾ ਜ਼ੋਰ ਲਾ ਲਿਆ, ਪਹਿਲਾਂ ਸੈਨਾ ਭੇਜੀ ਤਿੰਨ ਵਾਰੀ ਨਾਸ਼ ਹੋ ਗਈ, ਹੁਣ ਤਾਂ ਆਖਰੀ ਸੀ, ਇਸ ਤੋਂ ਵੱਧ ਤਾਂ ਭੇਜ ਵੀ ਨਹੀਂ ਸਕਦਾ, ਹੁਣ ਸਮਝ ਜੇਗਾ, ਹੁਣ ਨਹੀਂ ਭੇਜੇਗਾ, ਮਰ ਗਈ ਸਾਰੀ ਸੈਨਾ। ਕਹੂ ਮੂਡ ਨਾ ਹੀ ਕਰੇ ਹੋ ਪਾਓ ਪਾਰੀ, ਕਹਿੰਦੇ ਇਸ ਦੇ ਬਾਵਜੂਦ ਮੂਰਖ ਦੀ ਭਾਵਨਾ ਨਹੀਂ ਬਣੀ ਹੈ ਵੀ ਮੈਂ ਸਤਿਗੁਰਾਂ ਜੀ ਦੇ ਕੋਲੋਂ ਗਲਤੀ ਬਖਸ਼ਾ ਲਵਾਂ। ਕਹੇ ਆਪ ਮੈਂ ਵੀਰ ਬੰਕੇ ਜੁਝਾਰੇ, ਗੁਰੂ ਦੇ ਸਿੱਖ ਸੂਰਮੇ ਆਪਸ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦੇ ਹਨ। ਤੁਫੰਗਾਂ ਤੀਰਾਂ ਕੋ ਹੱਥ ਧਾਰੇ, ਉਹਨਾਂ ਨੇ ਆਪਣੇ ਸ਼ਸਤਰ ਪਕੜੇ ਹੋਏ ਨੇ, ਤਿਆਰ ਵਰ ਤਿਆਰ ਹਨ। ਉਤੇ ਖਾਨ ਕਾਲੇ ਕਰੇ ਹੋ ਚੀਤ ਗਾਡਾ, ਪਰ ਕਾਲੇ ਖਾਨ ਬਹੁਤ ਜ਼ਿਆਦਾ ਡਰਿਆ ਹੋਇਆ ਘਬਰਾਇਆ ਹੋਇਆ। ਗੁਰੂ ਸਾਥ ਜੂਜੋ ਰਿਦੇ ਚਾਵ ਬਾਡਾ, ਇਹਨੇ ਕਿਹਾ ਵੀ ਹੁਣ ਹੋਰ ਕਿਸੇ ਨਾਲ ਨਹੀਂ, ਜੇ ਲੜਾਂਗਾ ਤਾਂ ਕੇਵਲ ਗੁਰੂ ਦੇ ਨਾਲ ਲੜਾਂਗਾ। ਸਤਿਗੁਰੂ ਜੀ ਸੂਰਮੇ ਹਨ,
ਅਯੁੱਧ ਕਰਨ ਦਾ ਆਨੰਦ ਆਉਂਦਾ, ਸਵਾਦ ਆਉਂਦਾ। ਲੜਾਂਗਾ ਗੁਰੂ ਦੇ ਨਾਲ, ਜਦੋਂ ਮਨ ਵਿੱਚ ਇਹ ਆਇਆ ਨਾ ਵੀ ਗੁਰੂ ਨਾਲ ਹੀ ਯੁੱਧ ਕਰਾਂਗਾ, ਫਿਰ ਚਾਹ ਉਤਸ਼ਾਹ ਵੱਧ ਗਿਆ, ਨਹੀਂ ਤਾਂ ਢਹਿ ਢੇਰੀ ਹੋ ਗਿਆ ਸੀ। ਸਤਿਗੁਰਾਂ ਜੀ ਨੂੰ ਨਾਮ ਲੈ ਕੇ ਲੜਨ ਦੇ ਲਈ ਤਿਆਰ ਹੋਇਆ, ਉਤਸ਼ਾਹ ਵਧਿਆ। ਫੇਰ ਅਬੇ ਜੰਗ ਤਿਆਗੋ ਚਲੋ ਮੈਂ ਪਲਾਈ, ਕਹਿੰਦੇ ਫਿਰ ਦੂਸਰਾ ਇਹ ਹੈ ਵੀ ਜੇ ਮੈਂ ਹੁਣ ਜੰਗ ਦਾ ਮੈਦਾਨ ਛੱਡ ਦਿੰਨਾ ਤੇ ਭੱਜ ਜਾਂਦਾ, ਨਹੀਂ ਬਾਤੇ ਆਚੀ ਰਹੋ ਕੌਣ ਥਾਈ, ਕਹਿੰਦਾ ਇੱਥੋਂ ਤਾਂ ਭੱਜ ਜਾਂਗਾ, ਫਿਰ ਰਹਾਂਗਾ ਕਿਸ ਥਾਂ ਤੇ ਜਾ ਕੇ, ਕਿਉਂਕਿ ਭੱਜੇ ਹੋਏ ਨੂੰ ਕੋਈ ਥਾਂ ਟਿਕਾਣਾ ਨਹੀਂ ਹੈ। ਲੱਜੈ ਬੰਸ ਖਾਨਨ ਨਿੰਦਾ ਉਚਾਰੇ, ਸਾਰੇ ਮੇਰੀ ਬੰਸ ਨੂੰ ਨਿੰਦਣਗੇ, ਮੇਰੀ ਲਾਜ ਮੇਰੀ ਬੰਸ ਨੂੰ ਲਾਜ ਲੱਗੇਗੀ ਖਾਨਾ ਦੇ। ਮਰੋ ਹੋਏ ਗੀਤੀ ਸਭੇ ਹੀ ਤੇ ਕਾਰੇ, ਜੇ ਮੈਂ ਡਰਪੋਕ ਹੋ ਕੇ ਮਰ ਗਿਆ ਤੇ ਸਾਰਿਆਂ ਨੇ ਤਰਕਾਰਾਂ ਪਾਉਣੀਆਂ ਮੈਨੂੰ, ਸਦਾ ਕੌਣ ਜੀਵੈ ਮਾਰੇ ਬੰਸ ਬੀਤੇ। ਬਾਕੀ ਕਹਿੰਦੇ ਮਰਨਾ ਤੇ ਇੱਕ ਦਿਨ ਹੈ ਹੀ ਹੈ, ਸਦਾ ਤਾਂ ਕੋਈ ਰਹਿੰਦਾ ਨੀ ਸੰਸਾਰ ਦੇ ਵਿੱਚ। ਭਲੇ ਜੀਵ ਸੇਈ ਜਸੰ ਜਾਹੇ ਲੀਤੇ, ਭਲੇ ਉਹੀ ਹੁੰਦੇ ਹਨ ਜਿਹੜੇ ਸੰਸਾਰ ਦੇ ਵਿੱਚ ਜਸ ਵਡਿਆਈ ਖੱਟਦੇ ਨੇ। ਇਸੀ ਪਾਤ ਪੂਰੀ ਰਿਦੇ ਚਿੰਤ ਕਹਿ ਕਹਿ, ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰਿਆ ਤੇ ਚਿੰਤਾ ਨੂੰ ਨਾਸ ਕਰਿਆ। ਪਾਇਓ ਸਮੁਖੰ ਸੂਰਤਾ ਚੀਤ ਲੈ ਕੇ, ਜਿਹੜੇ ਸੂਰਮੇ ਹਨ ਉਹਨਾਂ ਦੇ ਸਾਹਮਣੇ ਹੋ ਕੇ ਉਹਨਾਂ ਨੂੰ ਮੁਖਾਤਬ ਹੋ ਕੇ ਕਹਿੰਦੇ, ਜਿਤੇ ਵੀਰ ਬਾਚੇ ਸਮੀਪੰ ਹਕਾਰੇ, ਭਾਈ ਮੇਰੇ ਕੋਲ ਆਜੋ ਸਾਰੇ ਜਿੰਨੇ ਵੀ ਤੁਸੀਂ ਬਚੇ ਹੋਏ ਹੋ, ਬੜੀ ਤੀਰ ਦੇ ਕੇ ਲਏ ਸੰਗ ਸਾਰੇ। ਹੁਣ ਤੁਰਦਾ ਨੀ ਕੋਈ ਇਧਰ ਨੂੰ, ਮੌਤ ਅੱਗੇ ਖੜੀ ਸਾਹਮਣੇ, ਬੜਾ ਧੀਰਜ ਹੌਸਲਾ ਦੇ ਕੇ ਕੋਲ ਬੁਲਾਇਆ, ਗੁਰੂ ਕੋ ਗਾਹੋ ਬ੍ਰਿੰਦ ਹੋਏ ਕੈ ਨਜੀਕੰ, ਕਹਿੰਦੇ ਹਿੰਮਤ ਕਰੋ ਗੁਰੂ ਦੇ ਕੋਲ ਹੋ ਕੇ ਪੜੋ ਤਾਂ ਸਹੀ, ਕੋਸ਼ਿਸ਼ ਤੇ ਕਰੋ। ਗਹਿਓ ਜੇ ਨਾ ਜਾਏ ਹੱਥੋ ਤੋ ਵੀ ਨੀਕੰਗ, ਜੇ ਨਹੀਂ ਪੜਿਆ ਜਾਂਦਾ ਗੁਰੂ ਤਾਂ ਮਾਰ ਦਿਓ ਤਾਂ ਵੀ ਚੰਗੀ ਗੱਲ ਹੈ। ਇਹੀ ਕਾਜ ਪੂਰੋ ਜਬੇ ਹੋਏ ਜਾਵੇ, ਜਦੋਂ ਆਹ ਕੰਮ ਆਪਣਾ ਪੂਰਾ ਹੋ ਜਾਵੇਗਾ ਦੋਵਾਂ ਚੋਂ ਇੱਕ, ਜਿਹੜਾ ਆਪਾਂ ਵਾਅਦਾ ਕਰਕੇ ਆਇਆ ਬਾਦਸ਼ਾਹ ਦੀ ਕਚਹਿਰੀ ਵਿੱਚ। ਚਲਾ ਚਲੇ ਸ਼ਾਹ ਕੇ ਤੀਰ ਸਾਰੀ ਸੁਣਾਵੇ, ਫਿਰ ਜਾ ਕੇ ਸੁਣਾਵਾਂਗੇ ਸਾਰੀ ਗੱਲ ਬਾਦਸ਼ਾਹ ਨੂੰ। ਲਹੇ ਮੋਜ ਪਾਰੀ ਤਨੰ ਚੀਰ ਕੋਰੇ, ਤੁਹਾਡੇ ਰੁਤਬੇ ਵੱਡੇ ਹੋਣਗੇ, ਘੋੜੇ ਮਿਲਣਗੇ, ਪੋਸ਼ਾਕਾਂ ਮਿਲਣਗੀਆਂ, ਪੈਸੇ ਮਿਲਣਗੇ, ਗਜੰ ਪਾਲਕੀ ਆਦ ਸ਼ੋਭਾ ਨਾ ਥੋਰੇ, ਲੱਗੇ ਪਾਲਕੀਆਂ ਮਿਲਣਗੀਆਂ, ਹਾਥੀ ਮਿਲਣਗੇ, ਬੜੀ ਵਡਿਆਈ ਮਿਲਦੀ ਹੈ ਜੇ ਜਿੱਤ ਕੇ ਜਾਓਗੇ। ਸੁਖੰ ਭੋਗ ਸਾਰੇ ਕਰੋ ਬੈਠ ਫੇਰੀ, ਸੂਰਮੇ ਨੂੰ ਇਸ ਸਾਰੇ ਲੋਕ ਦੇ ਸੁੱਖ ਮਿਲਦੇ ਹਨ, ਕਰੋ ਕਾਜ ਕੋ ਓਜ ਤੇ ਇੱਕ ਬੇਰੀ, ਬਸ ਇੱਕ ਵਾਰ ਤਕੜਾ ਜਿਹਾ ਹੱਲਾ ਕਰਨਾ ਕਰੋ ਪਹਿਲਾਂ, ਪੁਨੰ ਬੈਸ ਸਾਰੀ ਜਸੰ ਪੂਰ ਪਾਵੇ, ਸਾਰੀ ਉਮਰ ਬੈਠ ਕੇ ਖਾਓਗੇ ਤੇ ਨਾਲੇ ਜਸ ਮਿਲੇਗਾ ਤੁਹਾਨੂੰ।
ਮੰਗ ਪਾਖ ਕੈ ਸੰਗ ਲੀਨੇ ਜੋ ਝਾਰੇ। ਇਸ ਤਰ੍ਹਾਂ ਕਹਿ ਕੇ ਜਿਹੜੇ ਬਚੇ ਹੋਏ ਬੰਦੇ ਨੇ ਹਜ਼ਾਰ, ਉਹਨਾਂ ਨੂੰ ਆਪਣੇ ਨਾਲ ਲਿਆ। ਸਵਾਦਾਨ ਹੋਏ ਕੈ ਕਰੇ ਸ਼ਸਤਰ ਤਿਆਰੀ। ਫਿਰ ਉਹਦਾ ਹੌਸਲਾ ਦਿੱਤੇ, ਤੋ ਸਾਵਧਾਨ ਹੋਏ ਨੇ ਸ਼ਸਤਰ ਸੰਭਾਲਦੇ ਹਨ। ਤੋ ਫੰਗਾਨ ਤੀਰਾਨ ਸਾਂਗੇ ਸੰਭਾਰੀ। ਆਪਣੀਆਂ ਬੰਦੂਕਾਂ ਆਪਣੇ ਵਰਛੇ ਤੀਰ ਸੰਭਾਲਣਾ ਕੀਤੇ। ਲਏ ਤੀਹੀ ਨੇ ਜੇ ਕਰਾ ਚੋਲ ਪਾਲੇ। ਵੱਡੇ ਵੱਡੇ ਤੇਜੇ ਲਏ ਹਨ, ਤਕੜੀਆਂ ਤਕੜੀਆਂ ਤਲਵਾਰਾਂ ਲਈਆਂ ਹਨ। ਵਿਸਾਲੇ ਜੋ ਟਾਲੇ ਉਛਾਲੇ ਉਤਾਲੇ। ਵੱਡੇ ਵੱਡੇ ਢਾਲੇ ਲਏ ਹਨ, ਉਛਾਲੇ ਹਨ ਉੱਪਰ ਨੂੰ ਦੋਵੇਂ ਹੱਥਾਂ ਦੇ ਨਾਲ ਤਲਵਾਰ ਤੇ ਢਾਲਾ। ਕਸੇ ਦੋਏ ਗੋਰੀ ਪਲੀਤਾ ਮਿਲਾਵੇ। ਦੋ ਦੋ ਗੋਲੀਆਂ ਪਾ ਕੇ ਪਲੀਤੇ ਮਿਲਾਏ ਹਨ, ਤਿਆਰੀ ਕੀਤੀ ਹੈ। ਕਰੇ ਮੋੜ ਤੋੜਾ ਕਲਾ ਪੈ ਟਿਕਾਵੇ। ਇਸ ਤਰ੍ਹਾਂ ਬੰਦੂਕਾਂ ਤਿਆਰ ਕਰਦੀਆਂ ਵੀ ਸਾਹਮਣੇ ਜਾ ਕੇ ਸਿੱਖਾਂ ਦੇ ਚਲਾਉਣੀਆਂ ਹੀ ਹਨ। ਲਏ ਬਨ ਪਹਿਨੇ ਜਿਨੋ ਚਾਂਪ ਤਾਰੇ। ਸਾਰਿਆਂ ਨੇ ਆਪਣੇ ਤਿੱਖੇ ਤੀਰ ਲੈ ਲਏ ਨੇ। ਅਯੰ ਪ੍ਰੇਰ ਕਹਿਤਾ ਏ ਚਾਲੇ ਅਗਾਰੇ। ਆਪਣੇ ਘੋੜਿਆਂ ਨੂੰ ਤਿਆਰ ਕਰਕੇ ਸਾਹਮਣੇ ਚੱਲੇ ਹਨ। ਅਲਾਹੁਲ ਹੋਈ ਪਰਿਓ ਰੋਰ ਪਾਰੋ। ਬਹੁਤ ਰੌਲਾ ਪਿਆ, ਹੱਲਾ ਸ਼ੇਰੀ ਦਿੰਦੇ ਹਨ ਇੱਕ ਦੀਸ ਦੂਸਰੇ ਨੂੰ ਅੱਗੇ ਵਧਣ ਦੇ ਲਈ। ਗੁਰੂ ਪੀਰ ਬੰਕੇ ਖਰੇ ਤੀਰ ਤਾਰੋ। ਅੱਗੇ ਸਤਿਗੁਰਾਂ ਜੀ ਦੇ ਜਿਹੜੇ ਸੂਰਮੇ ਹਨ, ਉਹ ਧੀਰਜ ਦੇ ਨਾਲ ਹੌਸਲੇ ਦੇ ਨਾਲ ਖੜੇ ਹਨ। ਗੁਰੂ ਓਜ ਕੇ ਆਸਰੇ ਮੋਦ ਤਾਰੇ। ਗੁਰੂ ਦੇ ਸਿੱਖਾਂ ਦੇ ਕੋਲ ਸਤਿਗੁਰਾਂ ਜੀ ਦਾ ਆਸਰਾ ਹੈ, ਇਸ ਕਰਕੇ ਉਹ ਮੋਦ ਖੁਸ਼ ਹਨ, ਪ੍ਰਸੰਨ ਹਨ। ਕਹੀ ਆਏ ਆਗੇ ਤਬੇਲੇ ਹੀ ਮਾਰੇ। ਕਹਿੰਦੇ ਇੱਕ ਵਾਰ ਅੱਗੇ ਆ ਜਾਣ ਦਿਓ, ਹੁਣੇ ਹੀ ਨਿਬੇੜ ਦਿੰਨੇ ਆ। ਫੰਗਾਨ ਬਾਰੂਦ ਗੋਲੀ ਮਿਲਾਏ। ਸਾਰਿਆਂ ਨੇ ਆਪਣਾ ਬਾਰੂਦ ਬੰਦੂਕਾਂ ਦੇ ਵਿੱਚ ਪਾਇਆ, ਗੋਲੀਆਂ ਪਾਈਆਂ ਹਨ। ਤਨੂ ਬਨ ਕੋ ਸੰਦ ਚਾਹੇ ਚਲਾਏ। ਉਸਦੇ ਵਿੱਚ ਤੀਰ ਰੱਖ ਲੈ ਨੇ, ਚਲਾਉਣ ਦੀ ਤਿਆਰੀ ਕਰ ਲਈ ਹੈ। ਜਬੇ ਨੇਰ ਟੂਕੇ ਮਿਲੇ ਤੁੰਡ ਦੋਨਾ। ਜਦੋਂ ਨੇੜੇ ਹੋਏ ਹਨ, ਆਹਮਣੇ ਸਾਹਮਣੇ ਹੋਏ ਹਨ। ਤਬੇ ਇੱਕ ਬਾਰੀ ਹਨੋ ਜੋਨ ਕੋਨਾ। ਕਹਿੰਦੇ ਬਸ ਇੱਕ ਵਾਰੀ ਹੀ ਹੱਲਾ ਕਰਨਾ, ਵੀ ਕੋਈ ਬਚ ਕੇ ਨਾ ਜਾਵੇ। ਦੜਾ ਦੜ ਗੇਰੋ ਕਿਰਪਾਨੇ ਸੰਭਾਰੋ। ਪਹਿਲਾਂ ਇਹਨਾਂ ਨੂੰ ਘੋੜਿਆਂ ਤੋਂ ਥੱਲੇ ਸੁੱਟੋ, ਤੇ ਫਿਰ ਨਾਲ ਹੀ ਕਿਰਪਾਨਾਂ ਸੰਭਾਲੋ ਆਪਣੀਆਂ। ਤਛਾ ਮੁੱਛ ਕਾਟੋ ਜਥਾ ਕਾਠ ਆਰੋ। ਜਿਵੇਂ ਲੱਕੜੀ ਨੂੰ ਆਰਾ ਕੱਟਦਾ ਹੁੰਦਾ, ਇਸ ਤਰ੍ਹਾਂ ਕੱਟੋ ਇਹਨਾਂ ਨੂੰ ਕਿਰਪਾਨਾਂ ਦੇ ਨਾਲ। ਫਿਰੈ ਦੇਤ ਬਾਰੂਦ ਗੋਰੀ ਖਤੰਗਾ। ਦਰ ਜਿਹੜੇ ਹਨ ਉਹ ਵੰਡਦੇ ਫਿਰਦੇ ਨੇ ਬਾਰੂਦ ਗੋਲੀਆਂ ਤੀਰ। ਦਏ ਦੀਹੀ ਨੇਜੇ ਹਨੋ ਸ਼ਤਰੂ ਅੰਗਾ। ਸਾਰਿਆਂ ਨੂੰ ਨੇਜੇ ਵਰਛੇ ਵੱਡੇ ਹਨ ਦੁਸ਼ਮਣਾਂ ਨੂੰ ਮਾਰਨ ਦੇ ਲਈ। ਗੁਰੂ ਵਿੱਚ ਠਾਡੇ ਵਿਧੀ ਚੰਦ ਤੀਰੰਗ। ਸਤਿਗੁਰੂ ਜੀ ਆਪ ਖੜੇ ਹਨ, ਤੇ ਭਾਈ ਵਿਧੀ ਚੰਦ ਸਤਿਗੁਰਾਂ ਜੀ ਦੇ ਕੋਲ ਖੜੇ ਹੈ। ਖਰੋ ਵਿਪ੍ਰ ਜਾਤੀ ਤਨੂ ਸੰਧ ਤੀਰੰਗ। ਨਾਲ ਹੀ ਸਤਿਗੁਰਾਂ ਜੀ ਦੇ ਕੋਲ ਭਾਈ
ਜਾਤੀ ਮਾਲਕ ਖੜਿਆ ਹੈ ਜਿਹਨੇ ਆਪਣਾ ਧਨੁਸ਼ ਸੰਭਾਲਿਆ ਹੋਇਆ। ਹਜ਼ਾਰ ਇੱਕ ਬੰਦਾ ਕਾਲੇ ਖਾਨ ਦੇ ਕੋਲ ਬਚਿਆ, ਉਹਨਾਂ ਨੂੰ ਲੈ ਕੇ ਉਹ ਆਇਆ ਇੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਸੂਰਮੇ ਸਾਹਮਣੇ ਉਹਨਾਂ ਨੂੰ ਮਾਰਨ ਦੇ ਲਈ ਖੜੇ ਨੇ। ਆਖਰੀ ਹੱਲਾ ਉਹ ਪ੍ਰਕਰਨ ਆਪਾਂ ਅਗਲੀ ਕਥਾ ਵਿੱਚ ਸਰਵਣ ਕਰਾਂਗੇ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਕੋਈਆਂ ਫੁੱਲਾਂ ਲਈ ਦਾਸ ਖਿਮਾਂ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁੱਕੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਕੱਲ੍ਹ ਤੋਂ ਸ਼ਾਮ ਦੇ ਸਮੇਂ ਦੇ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕਥਾ ਦਾ ਸਮਾਂ ਜਿਹੜਾ ਹੈ ਉਹ 5 ਤੋਂ 6 ਵਜੇ ਤੱਕ ਹੋਇਆ ਕਰੇਗਾ। ਇਸੇ ਤਰ੍ਹਾਂ ਹੀ ਸਾਰੇ ਸਮੇਂ ਦੇ ਵਿੱਚ ਇਹ 15 ਮਿੰਟ ਸ਼ਾਮ ਦੇ ਸਮੇਂ ਵਿੱਚ ਵਧਾਏ ਗਏ ਹਨ। 5 ਤੋਂ 6 ਸੋਦਰ ਦੀ ਚੌਂਕੀ